ਅਤੇ ਜਿਹੜੇ ਲੋਕ ਸਟਾਰਟਿੰਗ ਦੇ ਉੱਤੇ ਆਉਂਦੇ ਹੁੰਦੇ ਵੀ ਤੁਸੀਂ ਇਹ ਕਿਹੜਾ ਕੰਜਰਖਾਨਾ ਫੜਿਆ, ਪਰ ਬਾਅਦ ਵਿੱਚ ਜਦੋਂ ਮੇਰੀਆਂ ਪੇਮੈਂਟਾਂ ਆਉਣੀਆਂ ਸ਼ੁਰੂ ਹੋ ਗਈਆਂ, ਲੋਕਾਂ ਨੇ ਦੇਖਿਆ ਕਿ ਹਾਂ ਵੀ ਇਹਨੂੰ ਕਮਾਈ ਆਉਂਦੀ ਆ, ਫਿਰ ਅੱਜ ਉਹ ਵੀ ਇਸ ਕੰਜਰਖਾਨੇ ਦੇ ਵਿੱਚ ਪਏ ਨੇ। ਕਿਸੇ ਨੇ ਇਹ ਨਹੀਂ ਕਿਹਾ ਕਿ ਵੁੱਢੇ ਬਾਰੇ ਕਿਹੜਾ ਕੰਮ ਫੜਿਆ ਆ? ਪਿੰਡ 'ਚ ਤਾਂ ਚੁੱਪ ਹੀ ਹੋ ਗਈ ਸਾਰੇ, ਕਿਸੇ ਨੇ ਕੁਛ ਨਹੀਂ ਸਾਨੂੰ ਕਿਹਾ ਹੈਗਾ। ਅੰਦਰੋਂ ਅੰਦਰ ਹੀ ਉਹ ਪਤਾ ਨਹੀਂ ਕੀ ਕਹਿੰਦੇ ਹੋਣਗੇ ਕੀ ਨਹੀਂ ਕਹਿੰਦੇ ਹੋਣਗੇ, ਪਰ ਆਪ ਨੂੰ ਝੱਕ ਆਉਂਦਾ ਵੀ ਇਹ ਕੀ ਆਉਂਦੇ ਹੋਣਗੇ, ਸਾਡੀਆਂ ਵੀਡੀਓ ਇੱਦੇ ਹੋਣਗੇ, ਤੇ ਇਹੋ ਗੱਲ ਵੀ ਸ਼ਰਮ ਜੀ ਦੇ ਆਉਂਦੀ ਹੁੰਦੀ। ਕੋਈ ਇਹ ਵੇਲਾ ਸੀ ਜਦੋਂ ਮੈਂ ਕਿਸੇ ਦੇ ਅੱਗੇ ਦਿਹਾੜੀਆਂ ਕਰਦਾ ਹੁੰਦਾ ਸੀ, ਅਤੇ ਅੱਜ ਉਹ ਵੇਲਾ ਕਿ ਮੈਂ ਆਪਣੀ ਟੀਮ ਨੂੰ, ਜਿੰਨੇ ਮੇਰੇ ਟੀਮ ਦੇ ਮੈਂਬਰ ਆ, ਉਹਨਾਂ ਸਾਰੇ ਟੀਮ ਦੇ ਮੈਂਬਰਾਂ ਨੂੰ 1 ਲੱਖ ਤੋਂ 1.5 ਲੱਖ ਰੁਪਏ ਤੱਕ ਜਿਹੜੀ ਮੈਂ ਪੇਮੈਂਟ ਜਿਹੜੀ ਦੇ ਰਿਹਾ, ਕਿ ਮੇਰੀ ਲਾਈਫ ਦਾ ਬਹੁਤ ਵੱਡਾ ਰਿਸਕ ਸੀ। ਮੈਂ ਆਪਣੀ ਵਾਈਫ ਨੂੰ, ਆਪਣੀ ਮਦਰ ਨੂੰ ਅਤੇ ਆਪਣੀ ਸਿਸਟਰ ਨੂੰ ਅੱਗੇ ਲੈ ਕੇ ਆਇਆ ਇਹਦੇ ਵਿੱਚ। ਅਗਰ ਮੈਂ ਫੇਲ ਹੋ ਜਾਂਦਾ ਤਾਂ ਮੈਨੂੰ ਅਤੇ ਇਹਨਾਂ ਦੋਵਾਂ ਜਾਣੀਆਂ ਨੂੰ ਕਿਸੇ ਨੇ ਜੀਣ ਨਹੀਂ ਦੇਣਾ। 1 ਸਾਲ ਤੱਕ ਜਿਹੜੇ ਸਾਨੂੰ ਮਿਹਣੇ ਵੱਜਦੇ ਰਹਿਣੇ ਇਹ ਚੀਜ਼ ਨੂੰ ਲੈ ਕੇ। ਅਤੇ ਜਿਹੜੇ ਲੋਕ ਸਟਾਰਟਿੰਗ ਦੇ ਉੱਤੇ ਆਉਂਦੇ ਹੁੰਦੇ ਵੀ ਤੁਸੀਂ ਇਹ ਕਿਹੜਾ ਕੰਮ ਫੜਿਆ, ਅਸੀਂ ਤਾਂ ਕਦੀ ਵੀ ਇਹੋ ਜਿਹੇ ਕੰਮ ਦੇ ਵਿੱਚ ਨਹੀਂ ਪਵਾਂਗੇ, ਭਾਵੇਂ ਜਿੰਨਾ ਮਰਜ਼ੀ ਪੈਸਾ ਇਹ 'ਚ ਆਉਂਦਾ ਹੋਵੇ। ਪਰ ਜਿੱਦਣ ਕਮਾਈ ਆਉਣੀ ਸ਼ੁਰੂ ਹੋਈ ਮੈਨੂੰ, ਉੱਦਣ ਫਿਰ ਉਹਨਾਂ ਲੋਕਾਂ ਨੇ ਵੀ ਛਾਲਾਂ ਮਾਰਨੇ ਸ਼ੁਰੂ ਕੀਤੀਆਂ। ਹੁਣ ਕਿੰਨਾ ਹੀ ਕੰਮ ਕਰਨਾ, ਇਹ ਕਹਿਣਗੇ ਬਸ ਹੁਣ ਕਰਨਾ ਹੀ ਨਹੀਂ। ਮੈਂ ਵੀ ਕਹੂੰਗੀ ਹਾਂਜੀ ਰਹਿਣ ਦਿਓ, ਕਰ ਦਿਓ ਬੰਦ ਸਾਰਾ ਕੁਛ, ਹੁਣ ਨਹੀਂ ਹੋ ਜਾਂਦਾ, ਪੈਕਅਪ ਹੋ ਜਾਂਦਾ ਪੂਰਾ ਟੋਟਲੀ। ਅਤੇ ਉਦੋਂ ਗੱਲ ਇਹ ਹੁੰਦੀ ਸੀ, ਜਾਓ ਫਿਰ ਮੈਂ ਚੈਨਲ ਡਿਲੀਟ ਕਰ ਦੇਣਾ, ਹੈਂ ਇਹਨਾਂ ਨੇ ਵੀ ਆਖਣਾ ਕਰਦੇ ਫਿਰ। ਆਹੋ ਜੱਬ ਪਾਇਆ ਸਾਡੇ ਵਾਸਤੇ। ਜਦੋਂ ਕਮਾਈ ਆਉਣੀ ਸ਼ੁਰੂ ਹੋਈ ਉਹਦੇ ਤੋਂ ਬਾਅਦ 'ਚ ਅੱਜ ਤੱਕ ਕਦੀ ਕਿਸੇ ਨੇ ਇਹ ਗੱਲ ਦਾ ਨਾਂ ਨਹੀਂ ਲਿਆ ਕਿ ਚੈਨਲ ਡਿਲੀਟ ਕਰ ਦੇਣਾ। ਅੱਗੇ ਕਿਤੇ ਘਰ ਦੇ ਵਿੱਚ, ਹਰ ਘਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਭੈਣ ਭਰਾ ਆਪਣੇ ਲੜ ਝਗੜ ਵੀ ਪੈਂਦੇ ਆ, ਅਤੇ ਲੜ ਪੈਣਾ ਦੇ ਲੋਕਾਂ ਨੂੰ ਵੱਲ ਵੀ ਵੇਖਣਾ। ਅਸੀਂ ਵੀ ਵੇਹਦੇ ਲੋਕਾਂ ਨਾਲ, ਜਦੋਂ ਕੋਈ ਲੜਦਾ ਤਾਂ ਜ਼ਿਆਦਾ ਵੇਹਦੇ ਕੀ ਹੋਣ ਡਿਆ ਘਰ। ਹੁਣ ਇੰਨਾ ਕੁ ਹੋ ਗਿਆ ਵੀ ਅਸੀਂ ਲੜੀਏ ਵੀ ਲੋਕ ਕਹਿੰਦੇ ਨਹੀਂ, ਇਹ ਵੀਡੀਓ ਹੀ ਬਣਾਉਂਦੇ ਆ। ਦੇਖਣ ਨੂੰ 8 ਵਜੇ ਲੱਗਦੇ ਹੋ, ਉੱਦਾਂ ਤਾਂ ਕਰਕੇ ਨਹੀਂ ਲੋਕ ਗੱਲ ਕਰਦੇ ਸੀ, ਹਿੰਮਤ ਹੀ ਨਹੀਂ ਪੈਂਦੀ ਸੀ ਤੁਹਾਡੇ ਸਾਹਮਣੇ ਬੋਲਣ। ਰੱਬ ਹੀ ਜਾਣੇ ਇਹ ਕੀ ਗੱਲ ਹੈ। ਇਹ ਸਾਨੂੰ ਕਹਿੰਦੇ ਹੁੰਦੇ ਸੀ ਤੁਸੀਂ ਆਹ 100-200 ਕਰਕੇ ਸਾਰਾ ਦਿਨ ਮਰਦੀਆਂ ਰਹਿੰਦੀਆਂ ਜੇ, ਅਤੇ ਵੇਖਿਓ ਇੱਕ ਦਿਨ ਇੱਦਾਂ ਦਾ ਆਉਣਾ ਵਾ ਕਿ ਤੁਹਾਨੂੰ 2-2, 3-3 ਹਜ਼ਾਰ ਦਿੰਦੇ ਹੋਣੇ, ਅਤੇ ਅਸੀਂ ਕਿਹਾ ਜਾਓ ਰਹਿਣ ਦਿਓ, ਇੰਨਾ ਝੂਠ ਨਾ ਬੋਲੋ। ਕਿ ਇੱਦਾਂ ਵੀ ਪੈਸੇ ਆਉਂਦੇ ਆ ਕਿ ਦਿਹਾੜੀ ਦਾ 3-3, 4-4 ਹਜ਼ਾਰ ਆਊ। ਸੂਟ ਲੈਣ ਵਾਲੇ ਆਉਂਦੇ ਸੀ ਅਤੇ ਸਾਨੂੰ ਸਵਾਈ ਤੋਂ ਜ਼ੋਰ ਪਿਆ, ਅਤੇ ਉੱਧਰ ਸਾਡਾ ਮੁੰਡਾ ਆਖੇ ਵੀ ਆਹ ਕੰਮ ਸਾਡੇ ਨਾਲ ਕਰਾਓ, ਅਤੇ ਅਸੀਂ ਕਹੀਏ ਵੀ ਤੇਰੇ ਨਾਲ ਕੰਮ ਕਰਾਈਏ ਕਿ ਅਸੀਂ ਆਹ ਕੰਮ ਕਰੀਏ, ਲੋਕ ਸਾਨੂੰ ਆਣ ਕੇ ਗੱਲਾਂ ਕਰਨਗੇ, ਸਾਡਾ ਸੂਟ ਨਹੀਂ ਸੀ ਦਿੱਤਾ। ਅਤੇ ਇਹਨੇ ਇੱਕ ਦਿਨ 'ਤੇ ਰੌਲਾ ਰੱਪਾ ਪਾ ਕੇ ਸਾਨੂੰ ਕਰਵਾਇਆ ਸਾਡੇ ਕੋਲ ਕੰਮ, ਸੂਟ ਵਿੱਚ ਛੱਡ ਕੇ ਕੰਮ ਕੀਤਾ ਇਹਨਾਂ ਦਾ, ਵਿੱਚ ਛੱਡ ਕੇ ਸੂਟ ਕੰਮ ਕੀਤਾ, ਅਤੇ ਫਿਰ ਕਰਨਾ ਪਿਆ। ਫਿਰ ਅਗਲੇ ਦਿਨ ਫਿਰ ਕਹਿੰਦਾ ਮੈਂ ਰੋਜ਼ ਹੀ ਕਰਨਾ ਵਾ। ਇੱਕ ਦਿਨ ਤਾਂ ਹੋ ਗਿਆ, ਅਤੇ ਦੂਜੇ ਦਿਨ ਫਿਰ ਕਹਿਣ ਡਿਆ ਰਹਿਣ ਦੇ, ਸਾਡੀ ਸਵਾਈ ਤੋਂ ਵੀ ਸਾਨੂੰ ਡਿਆ ਵਾ ਵੀ 300-400 ਰੁਪਇਆ ਦਿਹਾੜੀ ਦਾ ਕਮਾ ਲੈਂਦੇ ਹਾਂ, ਅਤੇ ਤੂੰ ਸਾਨੂੰ ਇੱਧਰੋਂ ਵੀ ਰੱਖਣਾ, ਅਤੇ ਇੱਧਰੋਂ ਤੈਨੂੰ ਕੀ ਮਿਲਣਾ ਵਾ, ਕੁਛ ਨਹੀਂ ਮਿਲਣਾ ਪੁੱਤ, ਨਾ ਇੱਦਾਂ ਕਰ। ਅਤੇ ਇਹਨੇ ਫਿਰ ਲਾ ਲਿਆ ਸਾਨੂੰ ਆਪਣੇ ਨਾਲ, ਇਹ ਮੈਨੂੰ ਸਮਝਾਉਂਦੇ ਆ ਇੱਦਾਂ ਕਰਨਾ ਵੀ ਅਸੀਂ ਤਾਂ ਪੁਰਾਣੇ ਮਾਡਲ ਦੇ ਹੋਏ, ਪੁਰਾਣੇ ਮਾਡਲ। ਅੱਛਾ ਇਹ ਸੂਟ ਵੀ ਤੁਹਾਡੇ ਸਿਲੈਕਟ ਕਰਦੇ ਜਿੱਦਾਂ ਹੁਣ ਇਹਨਾਂ ਨੇ ਕਿਹਾ ਵੀ ਇਹ ਸਾਰੀਆਂ ਚੀਜ਼ਾਂ ਇਹੀ ਮੈਨੇਜ ਕਰ, ਖਰੀਦ ਕੇ ਵੀ ਇਹਨੇ ਲਿਆ ਕੇ ਦੇਣੇ ਆ, ਇੱਦਾਂ ਦਾ ਲਿਆ ਕੇ ਦੇਣਾ, ਆਹ ਲਿਆ ਕੇ ਦੇਣਾ ਵਾ, ਸਵਾਉਣਾ ਵੀ ਕਿਵੇਂ ਦਾ। ਮੈਂ ਕਿਹਾ ਵੀ ਕਰਨੀ ਨਹੀਂ, ਕਾੜੇ ਸੂਟ ਨਾ ਲਿਆ ਕੇ ਦਿਆ ਕਰ, ਚੰਗੇ ਨਹੀਂ ਲੱਗਦੇ। ਨਹੀਂ ਮੰਮਾ ਅਜੇ ਇਹਨਾਂ ਨੂੰ ਫਿੱਕੇ ਪਾਉਣ ਦਿੰਦੇ ਹੈਗੇ, ਆ ਵੇਲੋ ਹੁਣੇ ਲਵਾਇਆ। ਹੁਣ ਖੁਸ਼ੀ ਹੁੰਦੀ ਜਿੱਦਾਂ ਹੁਣ ਅੰਕਲ ਹੁਣਾਂ ਨੂੰ ਵੀ ਮਿਲਦੇ, ਤੁਹਾਨੂੰ ਵੀ ਆਉਂਦੇ ਹੋਣਗੇ ਇੱਥੇ ਲੋਕ ਘਰੇ ਮਿਲਣ ਦੇ ਲਈ, ਕਮੈਂਟਸ ਵੀ ਆਉਂਦੇ ਹੋਣਗੇ ਕਿ ਬਹੁਤ ਸੋਹਣੀ ਐਕਟਿੰਗ ਕਰਦੇ ਹੋ। ਬਹੁਤ ਲੋਕ ਘਰ ਵੀ ਆਉਂਦੇ, ਬਹੁਤ ਪਿਆਰ ਦਿੰਦੇ ਨੇ, ਬੜੀ ਖੁਸ਼ੀ ਹੁੰਦੀ ਆ ਵੀ ਮੇਰੇ ਬੇਟੇ ਨੇ ਸਾਰਿਆਂ ਦਾ ਨਾਮ ਉੱਚਾ ਕੀਤਾ, ਆਪਣਾ ਵੀ ਨਾਮ ਕੀਤਾ ਵਾ। ਦੁਨੀਆ ਜਿਹੜੀ ਆ ਨਾ ਇਹ ਮੌਕਾ ਦੇਖ ਕੇ ਬਦਲਦੀ ਆ, ਅਤੇ ਇਹ ਚੱਲਦਾ ਆਇਆ ਵਾ, ਚੱਲਦਾ ਆਉਣਾ ਵਾ, ਅੱਗੇ ਵੀ ਚੱਲਦਾ ਆਏਗਾ। ਪਹਿਲੇ ਦਿਨ ਹੀ ਵੀਡੀਓ ਕੋਈ ਕਿਸੇ ਕੋਲੋਂ ਸ਼ੇਅਰ ਕਰਵਾ ਕੇ 1-2 ਲੱਖ ਚਲਾਉਣ ਦੇ ਨਾਲੋਂ ਮੇਰੀ ਖੁਦ ਦੀ ਆਪਣੀ ਮਿਹਨਤ ਦੇ ਨਾਲ ਜਿਹੜੀ 100-200 ਚੱਲਦੀ ਉਹ ਮੇਰੇ ਲਈ ਜ਼ਿਆਦਾ ਕੀਮਤੀ ਹੈ। ਕਿਉਂਕਿ ਮੇਰਾ ਇਹ ਜਨੂਨ ਸੀ ਕਿ ਮੈਂ ਕੁਛ ਕਰਨਾ ਹੀ ਕਰਨਾ, ਅਤੇ ਜਨੂਨ ਇਸ ਹੱਦ ਤੱਕ ਵੱਧ ਗਿਆ ਸੀ ਕਿ ਮੈਂ ਇਕੱਲੇ ਜਾਣੇ ਨੇ ਵੀ 3-3 ਰੋਲ ਕੀਤੇ ਆਪਣੇ, 2-3 ਵੀਡੀਓ ਮੈਂ ਆਪਣੀਆਂ ਇਕੱਲੇ ਨੇ ਰੋਲ ਕਰਕੇ ਬਣਾਈਆਂ ਨੇ, ਅਤੇ ਫਿਰ ਬਾਅਦ ਵਿੱਚ ਜੋ ਤੁਹਾਨੂੰ ਮੰਮਾ ਹੋਣਾ ਨੇ ਸਟੋਰੀ ਦੱਸੀ ਅੱਗੇ ਸੂਟਾਂ ਵਾਲੀ, ਫਿਰ ਉਹ ਚੱਲੀ ਅੱਗੇ। ਵਧੀਆ ਕਮਾਈ ਕਰ ਰਿਹਾ ਵਾਂ, ਸਾਰਿਆਂ ਜਾਣਿਆਂ ਨੂੰ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਬਹੁਤ ਵਧੀਆ ਕਮਾਈ ਕਰ ਰਿਹਾ, ਵੀ ਇੰਨੀ ਵਧੀਆ ਕਮਾਈ ਕਰ ਰਿਹਾ ਕਿ ਇਸ ਵੇਲੇ ਕੋਈ ਕੈਨੇਡਾ ਅਮੈਰੀਕਾ ਬੈਠਾ ਵਾ ਅਤੇ ਉਹਨਾਂ ਨਾਲੋਂ ਵੀ ਅਸੀਂ ਵਧੀਆ ਕਮਾ ਰਹੇ ਹਾਂ ਇੱਥੇ। ਪਰ ਫਿਰ ਵੀ ਮੇਰੀ ਇੰਨੀ ਜਿਹੜੀ ਕਮਾਈ ਆ ਉਹ ਇਹਨਾਂ ਦੀ ਕਮਾਈ ਦੇ ਸਾਹਮਣੇ ਕੁਛ ਵੀ ਨਹੀਂ ਆ।
ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਅਸੀਂ ਪਹੁੰਚੇ ਹਾਂ ਦਾ ਪੰਜਾਬ ਦੀ ਟੀਮ ਕੋਲੋਂ। ਅਕਸਰ ਤੁਸੀਂ ਸੋਸ਼ਲ ਮੀਡੀਆ 'ਤੇ ਇਹਨਾਂ ਨੂੰ ਦੇਖਿਆ ਹੋਊਗਾ। ਅੱਜ ਇਹਨਾਂ ਦੀ ਜਰਨੀ ਦੇ ਬਾਰੇ ਗੱਲਬਾਤ ਕਰਾਂਗੇ। ਬਹੁਤ ਸੋਹਣੇ ਕੰਸੈਪਟ ਬਣਾਉਂਦੇ ਨੇ, ਬਹੁਤ ਸੋਹਣੀਆਂ ਇਹਨਾਂ ਦੀਆਂ ਸੀਰੀਜ਼ ਹੁੰਦੀਆਂ ਨੇ, ਸ਼ੋਰਟ ਮੂਵੀ ਨਹੀਂ ਅਸੀਂ ਕਵਾਂਗੇ, ਇੱਕ ਫਿਲਮ ਹੀ ਹੁੰਦੀ ਆ। ਉਹਨਾਂ ਨੂੰ ਪਾਰਟਸ ਦੇ ਵਿੱਚ ਇਹ ਜਿਹੜਾ ਆ ਰਿਲੀਜ਼ ਕਰਦੇ ਨੇ, ਅਤੇ ਬਹੁਤ ਸੋਹਣੀਆਂ ਸੀਰੀਜ਼ ਹੁੰਦੀਆਂ ਨੇ। ਦਿਲ ਨਹੀਂ ਕਰਦਾ ਵੀ ਇੱਕ ਵੀ ਜਿਹੜੀ ਆ ਉਹ ਸਕਿੱਪ ਕਰੀਏ, ਪੂਰੀ ਪੂਰੀ ਦੇਖਣ ਨੂੰ ਦਿਲ ਕਰਦਾ। ਅੱਜ ਇਹਨਾਂ ਨਾਲ ਇਹਨਾਂ ਦੀ ਸਟਰਗਲ ਲਾਈਫ ਬਾਰੇ ਗੱਲਬਾਤ ਕਰਾਂਗੇ। ਜਿੱਦਾਂ ਕਿ ਅਸੀਂ ਪਹਿਲਾਂ ਵੀ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਨੇ, ਤੁਹਾਨੂੰ ਉਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਕੈਮਰੇ ਦੇ ਪਿੱਛੇ ਹੁੰਦੀਆਂ ਨੇ। ਗੱਲਬਾਤ ਕਰਾਂਗੇ, ਪੂਰੀ ਟੀਮ ਸਾਡੇ ਨਾਲ ਮੌਜੂਦ ਹੈ। ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਅੰਕਲ ਜੀ ਤੁਹਾਡਾ ਵੀ ਸਵਾਗਤ ਹੈ, ਸੰਦੀਪ ਤੁਹਾਡਾ ਵੀ, ਆਂਟੀ ਜੀ ਤੁਹਾਡਾ ਵੀ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਠੀਕ ਠਾਕ ਹੋ? ਵਧੀਆ ਜੀ, ਬਹੁਤ ਕਿਰਪਾ ਵਾਹਿਗੁਰੂ ਦੀ। ਅੱਛਾ ਮੈਨੂੰ ਇਹ ਦੱਸੋ ਕਵਲ, ਕਿਵੇਂ ਸਾਰੀ, ਕਿਉਂਕਿ ਇਸ ਜਿਹੜਾ ਇਹ ਚੈਨਲ ਹੈ ਬਹੁਤ ਪੁਰਾਣਾ ਅਸੀਂ ਕਹੀਏ, ਮਤਲਬ ਹੁਣ ਬਹੁਤ ਸਾਰੇ ਯੂਟਿਊਬਰਸ ਉੱਠ ਰਹੇ ਨੇ, ਬਹੁਤ ਸਾਰੀਆਂ ਸ਼ੋਰਟ ਮੂਵੀਜ਼ ਬਣ ਰਹੀਆਂ, ਤੁਸੀਂ 2019 ਦੇ ਲੱਗੇ ਹੋਏ ਹੋ, ਹੈ ਨਾ, ਕਾਫੀ ਟਾਈਮ ਹੋ ਗਿਆ। ਅਤੇ ਇਹ ਸਾਰੀ ਚੀਜ਼ ਜਦੋਂ ਜੇਕਰ ਆਪਾਂ 2019 ਦੀ ਗੱਲ ਕਰੀਏ, ਤਾਂ ਇੰਨੇ ਵਾਈਡ ਲੈਵਲ 'ਤੇ ਨਹੀਂ ਸੀਗੇ, ਹੈ ਨਾ, ਸ਼ੋਰਟ ਮੂਵੀਜ਼ ਇੰਨੀਆਂ ਜ਼ਿਆਦਾ ਪੱਧਰ 'ਤੇ ਨਹੀਂ ਸੀਗੀਆਂ। ਅਤੇ ਤੁਸੀਂ ਕਿੱਦਾਂ ਸ਼ੁਰੂਆਤ ਕਰਦੇ ਹਾਂ, ਕਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਇਹ ਕੰਮ ਕੀਤਾ ਜਾਵੇ? ਮੈਂ ਨਾ ਉਸ ਵੇਲੇ ਦੁਬਈ ਸੀ, ਇੱਥੇ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਅਤੇ ਮੈਨੂੰ 2-2.5 ਮਹੀਨੇ ਕਰੀਬ ਮੈਂ ਉੱਥੇ ਆਪਣੇ ਰੂਮ ਦੇ ਵਿੱਚ ਰਿਹਾ, ਕਿਉਂਕਿ ਮੇਰਾ ਵੀਜ਼ਾ ਕੈਂਸਲ ਹੋ ਗਿਆ ਮੈਂ ਵਾਪਸੀ ਆਉਣ ਦੇ ਟਾਈਮ 'ਤੇ। ਅਤੇ ਮੈਂ ਉੱਥੇ ਹੀ ਬਹਿ ਕੇ ਜਿਹੜਾ ਵਾ ਇਹ ਨੈੱਟ ਦੇ ਉੱਤੋਂ, ਕਿਉਂਕਿ ਅੱਜ ਕੱਲ੍ਹ ਨੈੱਟ ਸਿਰਫ ਅਤੇ ਸਿਰਫ ਦੇਖਣ ਵਾਲਾ ਜ਼ਰੀਆ ਨਹੀਂ ਰਹਿ ਗਿਆ, ਕਮਾਉਣ ਵਾਲਾ ਵੀ ਜ਼ਰੀਆ ਆ, ਬਹੁਤ ਵਧੀਆ। ਅਤੇ ਮੇਰਾ ਇਹ ਮਾਇੰਡ ਸੀ ਕਿ ਮੈਂ ਕੁਛ ਨਾ ਕੁਛ ਅਲੱਗ ਕਰਨਾ, ਅਤੇ ਮੈਂ ਇਸੇ ਚੀਜ਼ ਨੂੰ ਲੈ ਕੇ ਮੈਂ ਉੱਥੇ ਜਿਹੜਾ 1.5 ਮਹੀਨਾ ਆਪਣੇ ਰੂਮ ਦੇ ਵਿੱਚ ਬੈਠਾ, ਮੈਂ ਉੱਥੇ ਬੈਠਿਆ ਇਹੋ ਚੀਜ਼ਾਂ ਸਿੱਖੀਆਂ ਕਿ ਯੂਟਿਊਬ ਨੂੰ ਕਿਵੇਂ ਚਲਾਉਣਾ। ਮੈਂ ਸਿਰਫ ਮੂੰਹ ਚੁੱਕ ਕੇ ਕੰਮ ਕਰਨਾ ਹੀ ਸ਼ੁਰੂ ਨਹੀਂ ਕਰ ਦਿੱਤਾ, ਮੈਂ ਸਭ ਤੋਂ ਪਹਿਲਾਂ ਇਹਨੂੰ ਸਿੱਖਿਆ ਜਿੰਨਾ ਸਿੱਖ ਸਕਾਂ, ਅਤੇ ਅੱਜ ਵੀ ਸਿੱਖ ਰਿਹਾ ਵਾਂ। ਹੁਣ ਵੀ ਮੈਨੂੰ ਕਦੋਂ ਜਦੋਂ ਕੋਈ ਜ਼ਰੂਰਤ ਪੈਂਦੀ ਆ, ਮੈਂ ਬਰੀਕ ਤੋਂ ਬਰੀਕੀਆਂ ਜਿਹੜੀਆਂ ਇਹਦੀਆਂ ਸਿੱਖਦਾ ਵਾਂ ਟੈਕਨੀਕਲ ਚੈਨਲਸ ਤੋਂ। ਅਤੇ ਬਾਕੀ ਸਭ ਤੋਂ ਮੇਨ ਗੱਲ ਆ ਜੀ ਬੇਰੁਜ਼ਗਾਰੀ, ਬੇਰੁਜ਼ਗਾਰੀ ਨੂੰ ਮੁੱਖ ਰੱਖ ਕੇ ਮੈਂ ਇਸ ਕੰਮ ਨੂੰ ਸ਼ੁਰੂ ਕੀਤਾ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਬਾਹਰ ਜਾਣ ਦਾ ਵੀ ਜਿਹੜਾ ਕਰੇਜ਼ ਬਹੁਤ ਜ਼ਿਆਦਾ, ਅਤੇ ਕਮਾਈਆਂ ਇੰਨੀਆਂ ਨਹੀਂ ਹੈਗੀਆਂ, ਫਿਰ ਫੈਮਿਲੀ ਨੂੰ ਛੱਡ ਕੇ ਜਾਣਾ, ਅਤੇ ਬਸ ਇਹੋ ਚੀਜ਼ਾਂ ਸੋਚ ਕੇ, ਅਤੇ ਜਿਹੜਾ ਸੀ ਮੇਰੇ ਮਾਇੰਡ ਦੇ ਵਿੱਚ ਕਿ ਮੈਂ ਕੁਛ ਕਰਨਾ ਹੀ ਕਰਨਾ ਅਲੱਗ, ਅਤੇ ਮੈਂ ਇਹ ਜੀ ਕੀਤਾ। ਅੱਛਾ ਸੰਦੀਪ, ਬਹੁਤ ਸੋਹਣੇ ਸਿੰਪ ਮਤਲਬ ਵਧੀਆ ਕੰਸੈਪਟ ਹੁੰਦੇ ਜਿਹੜੇ ਕਿ ਸਮਾਜ ਨੂੰ ਸੇਧ ਦੇਣ ਵਾਲੇ ਹੁੰਦੇ ਆ, ਹੈ ਨਾ। ਆਪਾਂ ਹੋਰ ਵੀ ਵੀਡੀਓਜ਼ ਦੇਖਦੇ ਹਾਂ, ਹੈ ਨਾ, ਮਤਲਬ ਕੁਛ ਇੱਦਾਂ ਦਾ ਨਹੀਂ ਸੋਚਦੇ ਸਿਰਫ ਕਮਾਈ ਦੇ ਨਾਲ ਮਤਲਬ ਹੁੰਦਾ, ਜਿਹੜੀਆਂ ਚੀਜ਼ਾਂ ਦਿਖਾਉਣ ਵਾਲੀਆਂ ਨਹੀਂ ਹੁੰਦੀਆਂ ਉਹ ਵੀ ਦਿਖਾਈਆਂ ਜਾਂਦੀਆਂ। ਤੁਹਾਡੇ ਕੰਸੈਪਟ ਬਹੁਤ ਮਤਲਬ ਚੁਣਿੰਦਾ ਹੁੰਦੇ ਨੇ, ਬਹੁਤ ਸਾਰੇ ਲੋਕ ਪਸੰਦ ਵੀ ਕਰਦੇ ਨੇ, ਅਤੇ ਫਿਰ ਇਹ ਕੰਸੈਪਟ ਦੀ ਸਿਲੈਕਸ਼ਨ ਕੌਣ ਕਰਦਾ ਆ? ਬਸ ਜੀ ਇੱਦਾਂ ਹੀ ਇੱਕ ਟੌਪਿਕ ਅਸੀਂ ਰਲ ਮਿਲ ਕੇ ਚੁਣਦੇ ਹਾਂ ਕਿ ਸਮਾਜ ਦੇ ਵਿੱਚ ਕਿੰਨੀਆਂ ਬੁਰਾਈਆਂ ਫੈਲ ਰਹੀਆਂ, ਨੂੰਹਾਂ ਧੀਆਂ ਦੇ ਵਿੱਚ ਕਿੰਨਾ ਫਰਕ ਕੱਢਿਆ ਜਾਂਦਾ, ਹੈ ਨਾ, ਕਿ ਇਹ ਸਾਡੀ ਨੂੰਹ ਆ ਜੀ, ਇਹਨੂੰ ਉੱਚੀ ਨਹੀਂ ਬੋਲਣਾ ਚਾਹੀਦਾ, ਇਹਨੂੰ ਆਪਣੀ ਗੱਲ ਨਹੀਂ ਰੱਖਣੀ ਚਾਹੀਦੀ ਘਰ ਦੇ ਵਿੱਚ, ਇਸ ਤਰ੍ਹਾਂ ਦੀਆਂ ਗੱਲਾਂ। ਬਾਕੀ ਵਿਆਹ ਤੋਂ ਬਾਅਦ ਇੱਥੇ ਆ ਕੇ ਮੈਨੂੰ ਇਹੋ ਜਿਹੀ ਕੋਈ ਵੀ ਗੱਲ ਮਹਿਸੂਸ ਨਹੀਂ ਹੋਈ, ਮਤਲਬ ਆਪਾਂ ਧੀਆਂ ਵਾਂਗੂ ਇਹਨਾਂ ਨੇ ਮੈਨੂੰ ਪਿਆਰ ਦਿੱਤਾ, ਮੈਂ ਵੀ ਚਲੋ ਆਪਣੇ ਮਾਂ ਪਿਓ ਵਾਂਗੂ ਇਹਨਾਂ ਨੂੰ ਸਮਝਿਆ, ਅਤੇ ਅਸੀਂ ਰਲ ਮਿਲ ਕੇ ਸਾਰਿਆਂ ਨੇ ਇਹੋ ਚੀਜ਼ ਬਾਹਰ ਲੈ ਕੇ ਆਉਣੀ ਚਾਹੀਦੀ ਆ। ਫਸਟ ਸਾਡੀ ਮੂਵੀ ਸੀਗੀ, ਉਦੋਂ ਅਸੀਂ ਸ਼ੋਰਟ ਹੀ ਬਣਾਉਂਦੇ ਸੀ, ਉਦੋਂ ਸੀਗਾ ਉਹਦਾ ਨਾਂ ਇੱਦਾਂ ਹੀ ਕੁਛ, ਹੈ ਨਾ, ਧੀ ਨੂੰ ਸਮਝੋ, ਨੂੰਹ ਨੂੰ ਸਮਝੋ ਧੀ ਵਾਂਗੂ, ਇੱਦਾਂ ਹੀ ਕੁਛ। ਅਤੇ ਇਹ ਵੀ ਅਸੀਂ ਚਾਹੁੰਦੇ ਸੀ ਕਿ ਅਸੀਂ ਇਹੋ ਚੀਜ਼ ਬਾਹਰ ਲੈ ਕੇ ਆਈਏ ਕਿ ਇਹ ਨੂੰਹ ਧੀ ਦੇ ਫਰਕ 'ਚੋਂ ਦੁਨੀਆ ਨਿਕਲੇ ਬਾਹਰ। ਹਾਂਜੀ, ਅਤੇ ਇਸੇ ਟੌਪਿਕ ਨੂੰ ਲੈ ਕੇ ਅਸੀਂ ਇੱਦਾਂ ਦੇ ਹੀ ਹਰ ਵਾਰੀ ਮਤਲਬ ਵਧੀਆ ਵਧੀਆ ਟੌਪਿਕ ਲੈ ਕੇ ਅਤੇ ਅਸੀਂ ਵੀਡੀਓ ਬਣਾਉਂਦੇ ਹਾਂ। ਅੱਛਾ ਆਂਟੀ, ਇਹ ਪੁੱਤ ਨੇ ਐਕਟਿੰਗ ਲਾਈਨ ਵਿੱਚ ਲਿਆਂਦਾ, ਕਦੀ ਸੋਚਿਆ ਸੀਗਾ ਵੀ ਮੈਂ ਐਕਟਿੰਗ ਕਰਨੀ ਆ? ਬਿਲਕੁਲ ਨਹੀਂ, ਬਿਲਕੁਲ ਕਦੀ ਨਹੀਂ ਸੋਚਿਆ ਵੀ ਅਸੀਂ ਇੱਥੋਂ ਤੱਕ ਪਹੁੰਚਾਂਗੇ। ਉਹ ਪਰਮਾਤਮਾ ਦੀ ਦੇਣ ਆ, ਮੇਰੇ ਬੇਟੇ ਨੇ ਇਹ ਕੰਮ ਸ਼ੁਰੂ ਕੀਤਾ ਅਤੇ ਸਾਨੂੰ ਐਕਟਿੰਗ ਕਰਾਉਣੀ ਸੀ। ਆਂਟੀ ਆਪਾਂ ਗੱਲਾਂ ਕਰਦੇ ਸੀਗੇ, ਤੁਸੀਂ ਦੱਸਦੇ ਸੀ ਕਿ ਤੁਸੀਂ ਸੂਟ ਸੀਨੇ ਸੀਗੇ, ਹੈ ਨਾ, ਦੋਨੋਂ ਜਾਣੀਆਂ ਮਿਲ ਕੇ ਤੁਹਾਡੀ ਜੋੜੀ ਬੜੀ ਵਧੀਆ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਪਹਿਲਾਂ ਮੈਨੂੰ ਇਹ ਸਵਾਲ ਦਾ ਜਵਾਬ ਦੇ ਦਿਓ ਕਿ ਤੁਸੀਂ ਉਦੋਂ ਸੂਟ ਸੀਨੇ ਸੀਗੇ, ਹੈ ਨਾ, ਅਤੇ ਫਿਰ ਕਮਲ ਨੇ ਤੁਹਾਨੂੰ ਕਿਹਾ ਵੀ ਨਹੀਂ ਮੇਰੇ ਵਾਲੇ ਪਾਸੇ ਆਓ, ਤਾਂ ਤੁਹਾਡੇ ਕੋਲ ਤਾਂ ਢੇਰ ਲੱਗੇ ਪਏ ਸੀ ਸੂਟਾਂ ਦੇ, ਉਹ ਮੈਨੂੰ ਗੱਲ ਦੱਸੋ। ਸੂਟ ਲੈਣ ਵਾਲੇ ਆਉਂਦੇ ਸੀ ਅਤੇ ਸਾਨੂੰ ਸਵਾਈ ਤੋਂ ਜ਼ੋਰ ਪਿਆ, ਅਤੇ ਉੱਧਰ ਸਾਡਾ ਮੁੰਡਾ ਆਖੇ ਵੀ ਆਹ ਕੰਮ ਸਾਡੇ ਨਾਲ ਕਰਾਓ, ਅਤੇ ਅਸੀਂ ਕਹੀਏ ਵੀ ਤੇਰੇ ਨਾਲ ਕੰਮ ਕਰਾਈਏ ਕਿ ਅਸੀਂ ਆਹ ਕੰਮ ਕਰੀਏ, ਲੋਕ ਸਾਨੂੰ ਆਣ ਕੇ ਗੱਲਾਂ ਕਰਨਗੇ, ਸਾਡਾ ਸੂਟ ਨਹੀਂ ਸੀਂਗੇ ਦਿੱਤਾ। ਅਤੇ ਇਸ ਕਰਕੇ ਫਿਰ ਅਸੀਂ ਇਹਨੂੰ ਇਹ ਕਿਹਾ ਵੀ ਤੂੰ ਸਾਡੇ ਕੋਲ ਵੀਡੀਓ ਨਾ ਬਣਵਾ, ਅਤੇ ਦੁਨੀਆ ਸਾਨੂੰ ਕੀ ਕਹੇਗੀ। ਅਤੇ ਇਹਨੇ ਇੱਕ ਦਿਨ 'ਤੇ ਰੌਲਾ ਰੱਪਾ ਪਾ ਕੇ ਸਾਨੂੰ ਕਰਵਾਇਆ ਸਾਡੇ ਕੋਲ ਕੰਮ, ਸੂਟ ਵਿੱਚ ਛੱਡ ਕੇ ਕੰਮ ਕੀਤਾ ਇਹਨਾਂ ਦਾ, ਵਿੱਚ ਛੱਡ ਕੇ ਸੂਟ ਕੰਮ ਕੀਤਾ, ਅਤੇ ਫਿਰ ਕਰਨਾ ਪਿਆ। ਫਿਰ ਅਗਲੇ ਦਿਨ ਫਿਰ ਕਹਿੰਦਾ ਮੈਂ ਰੋਜ਼ ਹੀ ਕਰਨਾ ਵਾਂ, ਇੱਕ ਦਿਨ ਤਾਂ ਹੋ ਗਿਆ, ਅਤੇ ਦੂਜੇ ਦਿਨ ਫਿਰ ਕਹਿਣ ਡਿਆ ਰਹਿਣ ਦੇ, ਸਾਡੀ ਸਵਾਈ ਤੋਂ ਵੀ ਸਾਨੂੰ ਡਿਆ ਵਾਂ
ਵੀ 300-400 rupees ਅਸੀਂ ਦਿਹਾੜੀ ਦਾ ਕਮਾ ਲੈਂਦੇ ਹਾਂ ਅਤੇ ਤੂੰ ਸਾਨੂੰ ਇੱਧਰੋਂ ਵੀ ਰੱਖਣਾ ਅਤੇ ਇੱਧਰੋਂ ਤੈਨੂੰ ਕੀ ਮਿਲਣਾ ਵਾ, ਕੁਛ ਨਹੀਂ ਮਿਲਣਾ ਪੁੱਤ, ਨਾ ਇੱਦਾਂ ਕਰ। ਅਤੇ ਇਹਨੇ ਫਿਰ ਲਾ ਲਿਆ ਸਾਨੂੰ ਆਪਣੇ ਨਾਲ। ਇਹ ਕਹਿੰਦੇ ਸੀ ਉਦੋਂ ਕਿ ਜਦੋਂ ਅਸੀਂ ਮੰਮੀ ਨੇ ਕਿਹਾ ਨਾ ਜਿੱਦਾਂ ਕਿ ਹਾਂ ਅਸੀਂ ਸੂਟ ਦੀ ਸਵਾਈ ਜਿਹੜੀ ਆ ਉਹ ਵੀ ਸਾਡੀ ਜਾਣੀ ਆ ਅਤੇ ਇਸ ਕੰਮ 'ਚੋਂ ਅਸੀਂ ਕੀ ਲੈਣਾ, ਇਹ ਸਾਨੂੰ ਕਹਿੰਦੇ ਹੁੰਦੇ ਸੀ। ਤੁਸੀਂ ਆਹ 100-200 ਕਰਕੇ ਸਾਰਾ ਦਿਨ ਮਰਦੀਆਂ ਰਹਿੰਦੀਆਂ ਜੇ, ਅਤੇ ਵੇਖਿਓ ਇੱਕ ਦਿਨ ਇੱਦਾਂ ਦਾ ਆਉਣਾ ਵਾ ਕਿ ਤੁਹਾਨੂੰ 2-2-3-3 ਹਜ਼ਾਰ ਦਿੰਦੇ ਉਹਨੇ, ਤਾਂ ਅਸੀਂ ਕਿਹਾ ਜਾਓ ਰਹਿਣ ਦਿਓ, ਇੰਨਾ ਝੂਠ ਨਾ ਬੋਲੋ ਕਿ ਇੱਦਾਂ ਵੀ ਪੈਸੇ ਆਉਂਦੇ ਆ ਕਿ ਦਿਹਾੜੀ ਦਾ 3-3-4 ਹਜ਼ਾਰ ਆਊ। ਚਲੋ ਮਹਾਰਾਜ ਦੀ ਇੰਨੀ ਕਿਰਪਾ ਆ ਕਿ ਬਥੇਰੇ ਆਉਂਦੇ ਆ, ਐਵੇਂ ਆਖੀਏ ਝੂਠ ਨਹੀਂ ਬੋਲਣਾ, ਬੜੀ ਕਿਰਪਾ ਹੋਈ ਮਹਾਰਾਜ ਨੇ, ਕੋਈ ਥੋੜ੍ਹੀ ਨਹੀਂ ਰੱਖੀ, ਦੇਣ ਵਾਲੀ ਕੋਈ ਕਸਰ ਛੱਡੀ ਨਹੀਂ। ਬਸ ਇਹ ਕੰਮ 'ਚ ਅਸੀਂ ਪਏ, ਸਾਨੂੰ ਪਤਾ ਹੀ ਨਹੀਂ ਲੱਗਾ ਅਸੀਂ ਮੁੜ ਕੇ ਕਿਹੜੇ ਹਿਸਾਬ ਨਾਲ, ਮਹਾਰਾਜ ਨੇ ਕਦੋਂ ਸਾਡਾ ਕੰਮ ਤਾਂ ਲੈਣ ਦਾ। ਬਸ ਅਸੀਂ ਨਾਂ ਲੈ ਕੇ ਰੱਬ ਦਾ ਬਣਾਈ ਗਏ ਹਾਂ, ਦਿਲੋਂ ਡਰ ਕੱਢ ਤਾ ਬਾਅਦ ਵਿੱਚ ਕਿ ਸਾਨੂੰ ਕੋਈ ਕੀ ਕਹੂਗਾ। ਬਸ ਸਾਡੇ ਜੋ ਸਾਡੇ ਮਨ ਨੇ ਸਾਡੇ ਦਿਲ ਨੇ ਕਿਹਾ ਨਾ ਕਿ ਆਹ ਚੀਜ਼ ਸਹੀ ਆ, ਅਤੇ ਬਸ ਐਕਸੈਪਟ ਕਰੀ ਗਈ ਦੁਨੀਆ। ਲੋਕਾਂ ਨੇ ਇੰਨਾ ਪਿਆਰ ਕੀਤਾ ਭੈਣ ਭਰਾਵਾਂ ਨੇ, ਬਹੁਤ ਹੀ ਵਧੀਆ ਲੱਗਾ ਸਾਨੂੰ। ਫਿਰ ਸਾਡਾ ਹੌਸਲਾ ਵੱਧਦਾ ਗਿਆ ਨਾਲੋ ਨਾਲ, ਅਤੇ ਬਹੁਤ ਮਜ਼ਾ ਆਉਂਦਾ ਸਾਨੂੰ ਕੰਮ ਕਰਨ ਦਾ ਵੀ। ਹਾਂਜੀ ਅੰਕਲ ਜੀ, ਤੁਹਾਨੂੰ ਮੇਰਾ ਸਵਾਲ ਹੈ ਨਾ, ਜਦੋਂ ਕਵਲ ਨੇ ਸ਼ੁਰੂ ਕੀਤਾ ਹੈ ਨਾ, ਅਤੇ ਕਿੱਦਾਂ ਤੁਹਾਨੂੰ, ਤੁਸੀਂ ਐਕਟਿੰਗ ਲਾਈਨ ਦੇ ਵਿੱਚ ਕਿੱਦਾਂ ਆਏ ਸੀਗੇ, ਤੁਹਾਨੂੰ ਝਾਕਾ ਲੱਗਦਾ ਹੁੰਦਾ ਸੀ, ਸੰਗ ਲੱਗਦੀ ਹੁੰਦੀ ਸੀਗੀ? ਬਹੁਤ ਜ਼ਿਆਦਾ ਪੁੱਤ ਦੀ ਸੰਗ ਲੱਗਦੀ, ਬਹੁਤ ਜ਼ਿਆਦਾ। ਇਹਦਾ ਕਿਤੇ ਕਹਿਣਾ ਨਾ, ਅਸੀਂ ਅਸਲ ਦੇ ਵਿੱਚ ਕੀ ਸੀ, ਅਸੀਂ ਹਾਂ ਬੰਦੇ ਟਰੱਕ ਚਲਾਉਣ ਵਾਲੇ। ਅੱਛਾ। ਸਾਨੂੰ ਜਦੋਂ ਉਹਨੇ ਆਖਣਾ ਨਾ ਵੀ ਤੱਕ ਇੱਦਾਂ ਕੈਮਰੇ ਦੇ ਸਾਹਮਣੇ, ਅਸੀਂ ਭੱਜ ਕੇ ਅੰਦਰ ਜਾ ਵੜਨਾ। ਮੈਂ ਨਾ ਇਹ ਸਾਡੇ ਹੱਥ ਦਾ ਕੰਮ ਬਣਦਾ ਵੀ ਸਾਡੇ ਕੋਲ ਨਹੀਂ ਕੰਮ ਹੁੰਦਾ। ਚਲੋ ਥੋੜ੍ਹਾ 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 ਇੰਨਾ ਖਿੱਚ ਕਰਨ ਦਾ ਪੇ, ਥੋੜ੍ਹੀ ਥੋੜ੍ਹੀ ਇੰਨਾ ਖਿੱਚ ਕੀਤੀ ਅਤੇ ਇਹਨਾਂ ਦੱਸਣਾ ਵੀ ਪੈਸੇ ਆਉਂਦੇ ਥੋੜ੍ਹੇ ਥੋੜ੍ਹੇ, ਅਤੇ ਥੋੜ੍ਹੀ ਆਪਾਂ ਨੂੰ ਵੀ ਲਾਲਚ ਪੈ ਗਿਆ। ਜਦੋਂ ਨਵੇਂ ਨਵੇਂ ਲੱਗੇ ਨਾ ਇੱਥੇ ਬਾਹਰ ਵਿਹੜੇ, ਜੇ ਆਖਿਆ ਆਹ ਗੱਲ ਬੋਲਣੀ ਆ, ਮੈਂ ਆਖਣਾ ਅੰਦਰ ਆ ਜਾ, ਦਰਵਾਜ਼ੇ ਬੰਦ ਕਰ ਲਾ, ਬਾਹਰ ਕੁਛ ਸੁਣ ਨਾ ਲਵੇ। ਅਤੇ ਦੇਖੋ ਅੱਜ ਮਹਾਰਾਜ ਨੇ ਇੱਡੀ ਕਿਰਪਾ ਕੀਤੀ ਆ, ਹੁਣ ਭਾਵੇਂ ਗਲੀ 'ਚ ਜਾ ਕੇ ਵੀ ਆਖਾਂ ਇੱਦਾਂ ਬੋਲਣਾ ਵਾ, ਆਪਾਂ ਝੱਟ ਬੋਲ ਲੈਂਦੇ, ਹੁਣ ਨਹੀਂ ਕੋਈ ਸੰਗ, ਹੁਣ ਨਹੀਂ ਕੋਈ ਸੰਗ ਲੱਗਦੀ, ਹੁਣ ਝਾਕਾ ਲਾ ਗਿਆ। ਅੱਛਾ ਕਵਲ, ਪਰਿਵਾਰ ਦੇ ਨਾਲ ਅਸੀਂ ਗੱਲ ਕੀਤੀ, ਤੁਸੀਂ ਆਪਣੇ ਸਾਰੇ ਫੈਮਿਲੀ ਦੇ ਜਿਹੜੇ ਜੀ ਆ ਉਹਨਾਂ ਨੂੰ ਸ਼ੋਰਟ ਮੂਵੀਜ਼ ਦੇ ਵਿੱਚ ਲੈਂਦੇ ਹੋ, ਹੈ ਨਾ, ਸਭ ਨੂੰ ਕੰਮ 'ਤੇ ਲਾਇਆ। ਅਕਸਰ ਅਸੀਂ ਮੋਸਟਲੀ ਦੇਖਦੇ ਹਾਂ ਕਿ ਜਿਹੜਾ ਬੰਦਾ ਇੱਕ, ਜੇਕਰ ਅਸੀਂ ਮੁੰਡਿਆਂ ਦੀ ਗੱਲ ਕਰੀਏ, ਹੈ ਨਾ, ਜੇਕਰ ਉਹ ਸਕਰੀਨ 'ਤੇ ਆਉਂਦੇ ਆ ਤਾਂ ਉਹ ਸੋਚਦਾ ਹੁੰਦਾ ਕਿ ਹਮੇਸ਼ਾ ਵੀ ਫੈਮਿਲੀ ਨੂੰ ਪਿੱਛੇ ਰੱਖਿਆ ਜਾਵੇ, ਖਾਸ ਕਰਕੇ ਲੇਡੀਜ਼ ਨੂੰ। ਤੁਸੀਂ ਉਹਨਾਂ ਨੂੰ ਵੀ ਮੌਕਾ ਦਿੱਤਾ? ਕਿਉਂਕਿ ਮੇਰਾ ਇਹ ਸੋਚਣਾ ਕਿ ਕੰਮ ਚੰਗਾ ਹੋਣਾ ਚਾਹੀਦਾ, ਅਗਰ ਤੁਹਾਡਾ ਕੰਮ ਚੰਗਾ ਨਾ ਤਾਂ ਲੋਕ ਤੁਹਾਡੀ ਸਾਰੀ ਫੈਮਿਲੀ ਦੀ ਕਦਰ ਕਰਨਗੇ, ਅਤੇ ਅਗਰ ਤੁਹਾਡਾ ਕੰਮ ਮਾੜਾ ਵਾ ਨਾ, ਅਤੇ ਜੇ ਮੈਂ ਇਕੱਲਾ ਵੀ ਬਣਾ ਰਿਹਾ ਅਤੇ ਜੇ ਲੋਕ ਮੈਨੂੰ ਗਾਲ ਕੱਢਣਗੇ ਅਤੇ ਉਹ ਗਾਲ ਮੇਰੀ ਭਾਵੇਂ ਕਿਸੇ ਜਨਾਨੀ ਨੂੰ ਕੋਈ ਨਹੀਂ ਵੀ ਜਾਣਦਾ, ਅਤੇ ਉਹ ਗਾਲ ਫਿਰ ਵੀ ਉਹਨਾਂ ਨੂੰ ਜਾਣੀ ਜਾਣੀ ਆ। ਕਦਰ ਕੰਮ ਦੀ ਹੋਣੀ ਆ, ਅਤੇ ਅਸੀਂ ਆਪਣੇ ਕੰਮ ਨੂੰ ਵਧੀਆ ਰੱਖਣ ਦੀ ਕੋਸ਼ਿਸ਼ ਕੀਤੀ ਆ, ਅਤੇ ਵੇਖਣ ਵਾਲਿਆਂ ਨੇ ਜਿਹੜਾ ਬਹੁਤ ਪਿਆਰ ਦਿੱਤਾ ਇਸ ਚੀਜ਼ ਨੂੰ ਲੈ ਕੇ, ਇਸ ਕਰਕੇ ਮੈਨੂੰ ਇਸ ਗੱਲ ਦਾ ਕੋਈ ਝਾਕਾ ਨਹੀਂ ਆ। ਬਾਕੀ ਜਦੋਂ ਅਸੀਂ ਸਾਰੇ ਮੈਂਬਰ ਕਮਾ ਸਕਦੇ ਹਾਂ, ਕਰ ਸਕਦੇ ਹਾਂ, ਤਾਂ ਅਸੀਂ ਕਿਉਂ ਨਾ ਕਰੀਏ। ਮੈਂ ਇਸੇ ਚੀਜ਼ ਨੂੰ ਲੈ ਕੇ ਜਿਹੜਾ ਆਪਣੀ ਸਾਰੀ ਫੈਮਿਲੀ ਨੂੰ ਅੱਗੇ ਲੈ ਕੇ ਆਇਆ। ਬਾਕੀ ਹਾਂ, ਇੰਨਾ ਜ਼ਰੂਰ ਹੀ ਕਿ ਮੇਰੀ ਲਾਈਫ ਦਾ ਬਹੁਤ ਵੱਡਾ ਰਿਸਕ ਹੀ ਮੈਂ ਆਪਣੀ ਵਾਈਫ ਨੂੰ, ਆਪਣੀ ਮਦਰ ਨੂੰ ਅਤੇ ਆਪਣੀ ਸਿਸਟਰ ਨੂੰ ਅੱਗੇ ਲੈ ਕੇ ਆਇਆ ਇਹਦੇ ਵਿੱਚ, ਕਿਉਂਕਿ ਸਟਾਰਟਿੰਗ ਦੇ ਵਿੱਚ ਕਈ ਇਹੋ ਜਿਹੇ ਪਰਸਨ ਆ ਗਏ ਸੀ ਜਿਹੜੇ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੇ ਇਹ ਕੰਜਰਖਾਨਾ ਫੜਿਆ। ਜਦੋਂ ਤੱਕ ਮੇਰੀ ਸਟਰਗਲਿੰਗ ਟਾਈਮ ਸੀ, ਕਿਉਂ ਮੈਨੂੰ 5 ਮਹੀਨੇ ਲੱਗ ਗਏ ਸੀ ਆਪਣੀ ਮੇਰੀ ਪੇਮੈਂਟ ਆਉਣ ਤੱਕ, ਅਤੇ ਕੁਛ ਜਾਣਿਆਂ ਦੇ ਵਿੱਚੋਂ ਇੰਨੀਆਂ ਗੱਲਾਂ ਵੀ ਕਹੀਆਂ ਨੇ ਕਿ ਇਹਨਾਂ ਕੰਜਰਖਾਨਾ ਫੜਿਆ ਵਾ, ਪਰ ਬਾਅਦ ਵਿੱਚ ਜਦੋਂ ਮੇਰੀਆਂ ਪੇਮੈਂਟ ਆਉਣੀਆਂ ਸ਼ੁਰੂ ਹੋ ਗਈਆਂ, ਲੋਕਾਂ ਨੇ ਦੇਖਿਆ ਕਿ ਹਾਂ ਵੀ ਇਹਨੂੰ ਕਮਾਈ ਆਉਂਦੀ ਆ, ਫਿਰ ਅੱਜ ਉਹ ਵੀ ਇਸ ਕੰਜਰਖਾਨੇ ਦੇ ਵਿੱਚ ਪਏ ਨੇ। ਅੱਛਾ, ਲੋਕ ਇਹ ਗੱਲਾਂ ਕਰਦੇ ਹੈ ਨਾ, ਤੁਸੀਂ ਪਹਿਲਾਂ ਪਿੰਡ ਦੇ ਵਿੱਚੋਂ ਮੈਂਬਰ ਸੀਗੇ ਤੁਹਾਡੇ ਨਾਲ ਕੰਮ ਕਰਦੇ? ਹਾਂਜੀ, ਪਹਿਲਾਂ ਮੇਰੇ ਨਾਲ ਪਿੰਡ ਦੇ ਮੁੰਡੇ 2 ਲੱਗੇ ਸੀ ਨਾਲ, ਅਤੇ ਬਾਅਦ ਵਿੱਚ ਜਦੋਂ ਮੈਂ ਉਹਨਾਂ ਨਾਲ ਪਹਿਲੀ ਕੋਈ ਮੂਵੀ ਬਣਾਈ ਸੀ, ਅਤੇ ਪਿੰਡ ਦੇ ਵਿੱਚੋਂ ਹੀ ਕਿਸੇ ਨੇ ਉਹਨਾਂ ਨੂੰ ਕਹਿ ਦਿੱਤਾ ਇੰਨੀ ਗੱਲ ਵੀ ਬਾਈ ਕਵਲ ਜਿਹੜਾ ਵਾ ਇਹਦਾ ਦਿਮਾਗ ਬੜੇ ਪੁੱਠੇ ਪਾਸਿਆਂ 'ਤੇ ਚੱਲਦਾ, ਅਤੇ ਤੁਸੀਂ ਕਵਲ ਦੇ ਨਾਲ ਵੀ ਕੋਈ ਕੰਮ ਨਹੀਂ ਕਰਨਾ, ਇਹ ਤੁਹਾਡੇ ਮੁੰਡੇ ਵਿਗਾੜੇਗਾ। ਅਤੇ ਮੈਂ ਅਗਲੀ ਵੀਡੀਓ ਲਈ ਜਦੋਂ ਉਹਨਾਂ ਦੇ ਕੋਲ ਗਿਆ ਕਿ ਬਈ ਆਜੋ ਬਣਾਈਏ, ਤੋ ਕਹਿੰਦੇ ਵੀ ਨਹੀਂ ਅਸੀਂ ਨਹੀਂ ਆਉਣਾ, ਟਾਈਮ ਨਹੀਂ ਹੈਗਾ। ਅਤੇ ਮੈਂ ਉਹਨਾਂ ਨਾਲ ਪਹਿਲਾਂ ਇਹ ਸਾਰੀ ਗੱਲ ਕੀਤੀ ਕਿ ਯਾਰ ਇਹਦੇ 'ਚ ਟਾਈਮ ਵਾਲੀ ਗੱਲ ਨਹੀਂ ਆ, ਕਿਉਂਕਿ ਕੱਲ੍ਹ ਨੂੰ ਸਾਨੂੰ ਜੋ ਵੀ ਇਨਕਮ ਆਉਣੀ ਆ ਅਸੀਂ ਉਹਨੂੰ ਜਿਹੜਾ ਵਾ ਆਪੋ ਵਿੱਚ ਪਰਸੈਂਟੇਜ ਕਰਨੀ ਆ, ਅਤੇ ਤੁਸੀਂ ਹੁਣ ਭੱਜਣ ਡਏ ਜੇ ਨਹੀਂ। ਉਹ ਕਹਿੰਦੇ ਕਿ ਨਹੀਂ। ਫਿਰ ਬਾਅਦ ਵਿੱਚ ਮੈਂ ਵੀ ਥੋੜ੍ਹਾ ਜਿਹਾ ਬਹਿ ਗਿਆ, ਫਿਰ ਮੈਨੂੰ ਜਿੰਨਾ ਜਿੰਨਾ ਨੇ, ਕਿਉਂਕਿ ਅਸੀਂ ਲਿੰਕ ਸ਼ੇਅਰ ਕੀਤੇ ਸੀ ਸਾਰਿਆਂ ਜਾਣਿਆਂ ਦੇ ਨਾਲ, ਉਹਨਾਂ ਫਿਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਹੁਣ ਅੱਗੇ ਕਿਉਂ ਨਹੀਂ ਕਰ ਰਿਹਾ। ਕੁਛ ਜਾਣਿਆਂ ਨੇ ਫਿਕਰ ਦੇ ਲਈ ਪੁੱਛਿਆ, ਕੁਛ ਜਾਣਿਆਂ ਨੇ ਮਜ਼ਾਕ ਦੇ ਤੌਰ ਦੇ ਉੱਤੇ ਪੁੱਛਿਆ, ਅਤੇ ਮੈਂ ਕਾਫੀ ਮਤਲਬ ਥੋੜ੍ਹਾ ਜਿਹਾ ਟੈਨਸ਼ਨ ਜਿਹਦੇ ਵਿੱਚ ਇਸ ਚੀਜ਼ ਨੂੰ ਲੈ ਕੇ। ਫਿਰ ਮੈਂ, ਕਿਉਂਕਿ ਮੇਰਾ ਇਹ ਜਨੂਨ ਸੀ ਕਿ ਮੈਂ ਕੁਛ ਕਰਨਾ ਹੀ ਕਰਨਾ, ਅਤੇ ਜਨੂਨ ਇਸ ਹੱਦ ਤੱਕ ਵੱਧ ਗਿਆ ਸੀ ਕਿ ਮੈਂ ਇਕੱਲੇ ਜਾਣੇ ਨੇ ਵੀ 3-3 ਰੋਲ ਕੀਤੇ ਆਪਣੇ, 2-3 ਵੀਡੀਓ ਮੈਂ ਆਪਣੀਆਂ ਇਕੱਲੇ ਨੇ ਰੋਲ ਕਰਕੇ ਬਣਾਈਆਂ ਨੇ। ਅਤੇ ਫਿਰ ਬਾਅਦ ਵਿੱਚ ਜੋ ਤੁਹਾਨੂੰ ਮੰਮਾ
ਫਿਰ ਇਹ ਸੈਡ ਹੋ ਕੇ ਤੇ ਇਦਾਂ ਲੰਮੇ ਪੈ ਗਏ। ਮੈਨੂੰ ਤੇ ਮੰਮੀ ਨੂੰ ਤਰਸ ਆ ਗਿਆ ਇਹਨਾਂ ਤੇ। ਅਸੀਂ ਜਦੋਂ ਵੇਖਿਆ ਕਿ ਇਹਨਾਂ ਦੇ ਨਾਲ ਕੋਈ ਲੱਗਣ ਨਹੀਂ ਡਿਆ, ਹਨਾ, ਕਿੰਨਾ ਇਹਨਾਂ ਨੂੰ ਚਾਅ ਆ ਇਸ ਕੰਮ ਦਾ, ਕਿ ਕਿੰਨਾ ਜਨੂਨ ਆ, ਤੇ ਚਲੋ ਇੱਦਾਂ ਕਰੀਏ ਅਸੀਂ ਇਹਨਾਂ ਨੂੰ ਫਿਰ ਕਿਹਾ ਚਲੋ ਆ ਜਾਓ ਅਸੀਂ ਤੁਹਾਡੇ ਨਾਲ ਵੀਡੀਓ ਬਣਵਾ ਦਿੰਦੇ ਹਾਂ, ਸਾਨੂੰ ਸਿੱਖੀ ਇੱਕ ਹੀ ਬਣਾਉਣੀ ਆ ਅਤੇ ਅਸੀਂ ਕਿਹਾ ਆ ਜਾਓ ਬਣਾਉਂਦੇ ਹਾਂ। ਚਲੋ ਫਿਰ ਅਸੀਂ ਇੱਕ ਵੀਡੀਓ ਬਣਾਈ ਅਤੇ ਬਾਅਦ ਵਿੱਚ ਰੋਜ਼ ਰੋਜ਼ ਇਹਨਾਂ ਨੇ ਸਾਨੂੰ ਕਹਿਣਾ ਸ਼ੁਰੂ ਕੀਤਾ ਚਲੋ ਅਸੀਂ ਬਣਾਈ ਗਏ ਵੈਸੇ, ਅਤੇ ਫਿਰ ਚਲੋ ਮਹਾਰਾਜ ਨੇ ਕੰਮ ਸਾਡਾ ਤੋਰਿਆ। ਹਾਂਜੀ ਅੰਕਲ ਜੀ, ਤੁਹਾਨੂੰ ਪੁੱਛੂੰਗੀ ਮੈਂ ਕਿ ਜਿੱਦਾਂ ਹੈ ਨਾ ਤੁਸੀਂ ਬਾਹਰ ਵੀ ਜਾਂਦੇ ਹੋ, ਹੈ ਨਾ, ਤੁਹਾਡਾ ਬਾਹਰ ਉੱਠਣਾ ਬਹਿਣਾ ਵੀ ਹੁੰਦਾ, ਪਿੰਡ ਦੇ ਵਿੱਚ ਵੀ ਹੁੰਦਾ, ਹੈ ਨਾ, ਤੁਸੀਂ ਬਾਹਰ ਚਾਰ ਬੰਦਿਆਂ 'ਚ ਵੀ ਖੜ੍ਹੇ ਹੋਣਾ, ਜਿੱਦਾਂ ਕਮਲ ਨੇ ਦੱਸਿਆ ਕਿ ਲੋਕ ਕਹਿੰਦੇ ਹੁੰਦੇ ਸੀ ਇਹ ਕੰਜਰਖਾਨਾ ਕਰਦੇ, ਫਿਰ ਤੁਹਾਨੂੰ ਬਾਹਰ ਵਿੱਚ ਵੀ ਬਾਹਰ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਹੁੰਦੀਆਂ ਸੀਗੀਆਂ? ਨਹੀਂ ਵੇਖੋ, ਜਿੱਥੇ ਤਾਂ ਮੈਂ ਕੰਮ ਕਰਦਾ ਰਿਹਾ ਨਾ ਉੱਥੇ ਪੰਜਾਬੀ ਬੰਦੇ ਜਿਹੜੇ ਸੀ ਘੱਟ ਤੋਂ ਘੱਟ ਕੋਈ 500 ਬੰਦਾ ਸਾਡਾ, ਅਤੇ ਜਦੋਂ ਉਹਨਾਂ ਵੇਖਣਾ ਚਾਲੂ ਕੀਤਾ ਨਾ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਦਲੇਰੀ ਦਿੱਤੀ ਆ ਕਿ ਬਹੁਤ ਵਧੀਆ ਬਹੁਤ ਵਧੀਆ। ਉਹਨਾਂ ਇੱਕ ਦੂਜੇ ਨੂੰ ਗਾਹ ਰਿਸ਼ਤੇਦਾਰ ਆਪਣਿਆਂ ਨੂੰ ਦੱਸਣਾ, ਸ਼ੇਅਰ ਕਰਨਾ ਵੀ ਆਹ ਵੇਖੋ, ਸਾਰੇ ਦੱਸਣਾ ਵੀ ਆਹ ਵੇਖੋ, ਆਹ ਸਾਡੇ ਨਾਲ ਗੱਲ ਚੱਲਦਾ ਹੁੰਦਾ ਸੀ, ਆਹ ਵੇਖੋ ਅੱਜ ਦਾ ਵੀਡੀਓ ਬਣਾਉਣ ਡਏ ਨੇ, ਅਤੇ ਉਹਨਾਂ ਸਾਨੂੰ ਇੰਨੀ ਜ਼ਿਆਦਾ ਦਲੇਰੀ ਦਿੱਤੀ ਆ ਨਾ, ਅਤੇ ਅਸੀਂ ਜਿਹੜਾ ਕੋਈ ਮਾਸਾ ਵਧੀਆ ਸਾਡੀ ਕਮੀ ਸੀ ਉਹ ਵੀ ਉਹਨਾਂ ਬੰਦਿਆਂ ਨੇ ਮੇਰੀ ਪੂਰੀ ਕੀਤੀ ਹੈ, ਮਤਲਬ ਕਿ ਦਲੇਰੀ ਨਾਲ ਕੰਮ ਕਰਦੇ ਹਨ। ਅੱਛਾ, ਹੁਣ ਜਦੋਂ ਕਿਤੇ ਬਾਹਰ ਨਿਕਲਦੇ, ਹੁਣ ਕਮਲ ਨੇ ਤੁਹਾਨੂੰ ਐਡਾ ਸੋਹਣਾ ਪਲੇਟਫਾਰਮ ਦਿੱਤਾ, ਬਹੁਤ ਸਾਰੇ ਲੋਕ 5 ਲੱਖ ਤੋਂ ਵੱਧ ਤੁਹਾਡੇ ਫੋਲੋਅਰਸ ਨੇ, ਅਤੇ ਮਿਲੀਅਨ ਲੋਕ ਤੁਹਾਨੂੰ ਦੇਖਦੇ ਹੈ ਨਾ, ਕਿੰਨੇ ਲੋਕ ਦੇਖਦੇ ਆ ਅਤੇ ਪਿਆਰ ਦਿੰਦੇ ਆ, ਅਤੇ ਫਿਰ ਖੁਸ਼ੀ ਹੁੰਦੀ ਆ, ਫਿਰ ਖੜ੍ਹੇ ਹੁੰਦੇ ਆ ਬਾਹਰ ਸਾਰੇ ਸਾਹਮਣੇ ਹਿੱਕ ਤਾਣ ਕੇ, ਬੜੀ ਮਨ ਨੂੰ ਖੁਸ਼ੀ ਹੁੰਦੀ ਆ ਕਿ ਵੇਖੋ ਇੱਕ ਬਿਲਕੁਲ ਆਮ ਨਾਰਮਲ ਬੰਦੇ ਅਤੇ ਜਦੋਂ ਉਹਨਾਂ ਨੂੰ ਕੋਈ ਮਿਲਦਾ ਕਿੰਨਾ ਮਨ 'ਚ। ਅੱਛਾ, ਤੁਹਾਨੂੰ ਬਾਹਰ ਟੱਕਰਦੇ ਹੋਣਗੇ ਲੋਕ ਵੀ, ਤੁਹਾਨੂੰ ਦੇਖਿਆ ਸੀ ਹੈ ਨਾ? ਹਾਂਜੀ ਮਿਲਦੇ ਆ। ਅੱਛਾ, ਫਿਰ ਕੀ ਕਹਿੰਦੇ ਆ? ਖੁਸ਼ ਹੁੰਦੇ ਨੇ। ਐਕਟਿੰਗ ਬਾਰੇ ਕੀ ਕਹਿੰਦੇ ਆ? ਹਾਂਜੀ ਗੱਲਾਂ ਕਰਦੇ ਹੁੰਦੇ ਆ। ਆਂਟੀ ਜੀ, ਜਦੋਂ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਕਦੀ ਕਿਸੇ ਨੇ ਇਹ ਨਹੀਂ ਕਿਹਾ, ਕਿਉਂਕਿ ਜਦੋਂ ਕਿਉਂਕਿ ਤੁਸੀਂ ਇਸ ਉਮਰ ਦੇ ਵਿੱਚ ਹੈ ਨਾ ਤੁਹਾਨੂੰ ਪਲੇਟਫਾਰਮ ਮਿਲਿਆ, ਚਲੋ ਜਿੱਦਾਂ ਕਿਸਮਤ ਹੈ ਨਾ, ਜਿੱਦਾਂ ਲਿਖਿਆ ਹੁੰਦਾ ਭਾਗਾਂ ਦੇ ਵਿੱਚ ਉੱਦਾਂ ਹੀ ਹੁੰਦਾ, ਕਮਲ ਤੋਂ ਸ਼ੁਰੂਆਤ ਹੋਣੀ ਸੀਗੀ ਹੈ ਨਾ, ਅਤੇ ਤੁਹਾਨੂੰ ਇੱਕ ਪਲੇਟਫਾਰਮ ਮਿਲਦਾ ਆ, ਹੈ ਨਾ, ਕਿਸੇ ਨੇ ਇਹ ਨਹੀਂ ਕਿਹਾ ਕਿ ਬੁੱਢੇ ਬਾਰੇ ਕਿਹੜਾ ਕੰਮ ਫੜਿਆ ਆ? ਪਿੰਡ 'ਚ ਤਾਂ ਚੁੱਪ ਹੀ ਹੋ ਗਏ ਸਾਰੇ, ਕਿਸੇ ਨੇ ਕੁਛ ਨਹੀਂ ਸਾਨੂੰ ਕਿਹਾ ਹੈਗਾ, ਅੰਦਰੋਂ ਅੰਦਰ ਹੀ ਉਹ ਪਤਾ ਨਹੀਂ ਕੀ ਕਹਿੰਦੇ ਹੋਣਗੇ ਕੀ ਨਹੀਂ ਕਹਿੰਦੇ ਹੋਣਗੇ, ਪਰ ਆਪ ਨੂੰ ਝੱਕ ਆਉਂਦਾ ਵੀ ਇਹ ਕੀ ਆਉਂਦੇ ਹੋਣਗੇ, ਸਾਡੀਆਂ ਵੀਡੀਓ ਦਿੰਦੇ ਹੋਣਗੇ, ਤੇ ਇਹੋ ਗੱਲ ਵੀ ਸ਼ਰਮ ਜੀ ਤਾਂ ਆਉਂਦੀ ਹੁੰਦੀ। ਅਤੇ ਹੁਣ ਖੁਸ਼ੀ ਹੁੰਦੀ ਜਿੱਦਾਂ ਹੁਣ ਅੰਕਲ ਉਹਨਾਂ ਨੂੰ ਵੀ ਮਿਲਦੇ, ਤੁਹਾਨੂੰ ਵੀ ਆਉਂਦੇ ਹੋਣਗੇ ਇੱਥੇ ਲੋਕ ਘਰ ਮਿਲਣ ਦੇ ਲਈ, ਕਮੈਂਟਸ ਵੀ ਆਉਂਦੇ ਹੋਣਗੇ ਕਿ ਬਹੁਤ ਸੋਹਣੀ ਐਕਟਿੰਗ ਕਰਦੇ ਹੋ? ਬਹੁਤ ਲੋਕ ਘਰ ਵੀ ਆਉਂਦੇ, ਬਹੁਤ ਪਿਆਰ ਦਿੰਦੇ ਨੇ, ਬੜੀ ਖੁਸ਼ੀ ਹੁੰਦੀ ਆ ਵੀ ਮੇਰੇ ਬੇਟੇ ਨੇ ਸਾਰਿਆਂ ਦਾ ਨਾਂ ਉੱਚਾ ਕੀਤਾ, ਆਪਣਾ ਵੀ ਕੀਤਾ ਵਾ, ਸਾਨੂੰ ਵਧੀਆ ਲੱਗਦਾ ਵਾ। ਅੱਛਾ, ਦੇਖਣ ਨੂੰ 8 ਵਜੇ ਲੱਗਦੇ ਹੋ, ਉੱਦਾਂ ਤਾਂ ਕਰਕੇ ਨਹੀਂ ਲੋਕ ਗੱਲ ਕਰਦੇ ਸੀ, ਹਿੰਮਤ ਹੀ ਨਹੀਂ ਪੈਂਦੀ ਸੀ ਤੁਹਾਡੇ ਸਾਹਮਣੇ ਬੋਲਣ? ਰੱਬ ਹੀ ਜਾਣੇ ਇਹ ਕੀ ਗੱਲ ਹੈ। ਅਸੀਂ ਦੇਖਿਆ ਨਾ ਅੰਕਲ ਪਹਿਲੇ ਕਹਿੰਦੇ ਚੁੰਨੀ ਸਹੀ ਕਰ ਲੈ, ਉਹਨਾਂ ਨੂੰ ਪਤਾ ਉਹਨਾਂ ਨੂੰ ਵੀ ਲਾਂਭੇ ਹੋਣੇ ਆ, ਉਹ ਤਾਂ ਸਾਨੂੰ ਹਾਸਾ ਮਜ਼ਾਕ ਚੱਲਦਾ ਰਹਿੰਦਾ ਡੱਪ ਵਿੱਚ। ਅੱਛਾ, ਤੁਹਾਡੀ ਜੋੜੀ ਹੈ ਨਾ, ਅਸੀਂ ਦੇਖਿਆ ਅੱਜ ਕੱਲ੍ਹ ਜੇ ਨੂੰਹਾਂ ਦੀ ਗੱਲ ਕਰੀਏ ਹੈ ਨਾ, ਬਹੁਤ ਕੁਝ ਦੇਖਦੇ ਹਾਂ ਅਸੀਂ, ਪਰ ਇੱਥੇ ਇਸ ਪਰਿਵਾਰ ਦੇ ਵਿੱਚ ਇੰਨੀ ਏਕਤਾ ਦੇਖੀ ਹੈ ਨਾ ਵਾਹਿਗੁਰੂ ਦੀ ਮਿਹਰ ਨਾਲ, ਕਿ ਜਿੱਦਾਂ ਹੁਣ ਅਸੀਂ ਟੀਵੀਆਂ ਦੇ ਵਿੱਚ ਦੇਖਦੇ ਹਾਂ ਨਾ ਕਿ ਇੱਦਾਂ ਦੀ ਨੋਹ ਆ, ਇੱਦਾਂ ਦੀ ਨੋਹ, ਉੱਦਾਂ ਦੇ ਨੋਹ ਆ ਤੁਸੀਂ, ਹੈ ਨਾ, ਅਤੇ ਇੱਥੇ ਜਦੋਂ ਆਉਂਦੇ ਹੋ ਹੈ ਨਾ ਫੈਮਿਲੀ ਦੇ ਵਿੱਚ, ਜਦੋਂ ਵਿਆਹ ਕੇ ਆਉਂਦੇ ਹੋ, ਪਿੱਛੇ ਬੈਕਗਰਾਊਂਡ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ, ਫਿਰ ਇੱਥੇ ਆ ਕੇ ਪਰਿਵਾਰ ਦੇ ਵਿੱਚ ਢਲਣਾ ਕਿੰਨਾ ਕੁ ਮੁਸ਼ਕਿਲ ਹੋਇਆ ਕਿ ਸੌਖਾ ਸੀਗਾ? ਨਹੀਂ, ਮੈਨੂੰ ਬਿਲਕੁਲ ਵੀ ਇੱਕ ਦਿਨ ਵੀ ਇੱਦਾਂ ਦਾ ਨਹੀਂ ਲੱਗਾ ਕਿ ਮੈਂ ਕਿਸੇ ਓਪਰੀ ਜਗ੍ਹਾ 'ਤੇ ਆਈ ਹਾਂ, ਕਿਉਂਕਿ ਮੇਰੀ ਇਸ ਫੈਮਿਲੀ ਦੇ ਨੇ ਤਾਂ ਮੈਨੂੰ ਜਿਹੜਾ ਪਿਆਰ ਦੇਣਾ ਸੀ ਦਿੱਤਾ ਹੀ ਦਿੱਤਾ, ਕਿਉਂਕਿ ਮੈਂ ਇਹਨਾਂ ਦੀ ਨੂੰਹ ਹੀ, ਬਾਕੀ ਜਿਹੜੀਆਂ ਸਾਡੀਆਂ ਭੂਆ ਜੀ ਨੇ ਅਤੇ ਉਹਨਾਂ ਨੇ ਵੀ ਬਹੁਤ ਪਿਆਰ ਦਿੱਤਾ, ਬਹੁਤ ਹੀ ਜ਼ਿਆਦਾ, ਮਤਲਬ ਕੋਈ ਇੱਧਰੋਂ ਆ ਕੇ ਜੱਫੀ ਪਾ ਜਾਂਦਾ ਸੀ, ਕੋਈ ਇੱਧਰੋਂ ਆ ਕੇ, ਹੈ ਨਾ, ਅਤੇ ਮਤਲਬ ਲੱਗਿਆ ਹੀ ਨਹੀਂ ਮਾਸਾ ਵੀ, ਉਹ 3-4 ਦਿਨ ਵਿਆਹ ਤੋਂ ਬਾਅਦ ਰਹੇ ਸੀ ਇੱਥੇ, ਅਤੇ ਸਾਡੇ ਫੁੱਫੜ ਜੀ ਵੀ ਜਿਹੜੇ ਸਾਰੇ ਉਹ ਵੀ ਉਹਨਾਂ ਦੇ ਸੁਭਾਅ ਬਹੁਤ ਵਧੀਆ ਸਾਰਿਆਂ ਦੇ, ਅਤੇ ਇੱਥੇ ਵੀ ਸਾਰੇ ਪਰਿਵਾਰ ਦਾ ਇੰਨਾ ਕੁ ਏਕਤਾ, ਮਤਲਬ ਇੰਨਾ ਕੁ ਰਲ ਮਿਲ ਕੇ ਸਾਰੇ ਰਹਿੰਦੇ, ਇੱਕ ਦੂਜੇ ਦੀ ਇੰਨੀ ਹੈਲਪ ਕਰਦੇ ਆ ਨਾ ਕਿ ਪਤਾ ਹੀ ਨਹੀਂ ਲੱਗਦਾ ਕੌਣ ਇੱਥੇ ਨਣਾਨ ਆ, ਕੌਣ ਭਰਜਾਈ ਆ, ਕੌਣ ਕੀ ਲੱਗਦਾ, ਸਾਰੇ ਜਾਣੇ ਘਰ ਦੇ ਵਿੱਚ ਕੰਮ ਕਰਦੇ ਆ, ਜਿੱਦਾਂ ਵਿਆਹ ਦੇ ਵਿਆਹ ਸ਼ਾਦੀ ਜਿੱਦਾਂ ਪ੍ਰੋਗਰਾਮ ਹੁੰਦੇ ਆ, ਅਤੇ ਇਹ ਨਹੀਂ ਆਖਣਾ ਕਿ ਮੈਂ ਤਾਂ ਬੈਠਾ ਰਹਿਵਾਂ ਅਤੇ ਆਪਣਾ ਆਪੇ ਕੰਮ ਕਰਨ, ਇੱਦਾਂ ਦੀ ਗੱਲ ਹੈ ਹੀ ਨਹੀਂ, ਸਗੋਂ ਘਰਦਿਆਂ ਨੂੰ ਨਹੀਂ ਪਤਾ ਹੁੰਦਾ, ਜਿਹੜੇ ਆਏ ਹੁੰਦੇ ਆ ਪਰਾਹੁਣੇ, ਖਾਸ ਕਰਕੇ ਇੱਕ ਸਾਡੇ ਫੁੱਫੜ ਜੀ ਦੇ ਭੂਆ ਜੀ ਨੇ, ਉਹਨਾਂ ਨੇ ਸਾਰੀ ਸਾਫ਼ ਸਫਾਈ ਕਰਕੇ ਜਾਣੀ ਹੁੰਦੀ ਆ, ਸਾਨੂੰ ਟੈਨਸ਼ਨ ਨਹੀਂ ਹੁੰਦੀ, ਉਹਨਾਂ ਨੂੰ ਜ਼ਿਆਦਾ ਟੈਨਸ਼ਨ ਹੁੰਦੀ ਕਿ ਮੈਂ ਇਹਨਾਂ ਦੇ ਘਰ ਦੀ ਸਫਾਈ ਕਰਦਾ ਛੇਤੀ ਛੇਤੀ। ਅੱਛਾ, ਤੁਹਾਨੂੰ ਇਹ ਆਪਾਂ ਗੱਲ, ਅਸਲ ਵਿੱਚ ਇਹ ਸਭ ਤੋਂ ਵੱਡਾ ਮੇਰਾ ਬੇਟਾ ਆ, ਅਸੀਂ ਵੱਡੇ ਹਾਂ ਸਾਰੇ ਭੈਣ ਭਰਾਵਾਂ ਤੋਂ, ਇਹਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਹੁੰਦੇ ਸੀਗੇ, ਸਭ ਤੋਂ ਪਹਿਲਾਂ ਇਹ ਬੱਚਾ ਹੋਇਆ ਆਈ ਅਤੇ ਸਭ ਤੋਂ ਪਹਿਲੀ ਨੂੰਹ ਇਹ ਆਈ ਆ,
ਅੱਛਾ ਤੁਸੀਂ ਦੱਸਦੇ ਵੀ ਆ ਕੇ ਇੱਥੇ ਸਫਾਈ ਕਰਦੇ ਨੇ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਸਾਰੇ ਜਣੇ ਕੰਮ ਕਰਦੇ ਸਾਰੇ ਵਰਕਿੰਗ ਹੋ ਕਦੀ ਕਦੀ ਟਾਈਮ ਵੀ ਨਹੀਂ ਮਿਲਦਾ ਸਫਾਈ ਕਰਨ ਨੂੰ ਫਿਰ ਜਿੱਦਾਂ ਦੋ ਚਾਰ ਦਿਨ ਹੋ ਜਾਂਦੇ ਉਹਨਾਂ ਨੂੰ ਸੱਦ ਲੈਂਦੇ ਹੁੰਦੇ ਨਹੀਂ 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 ਇੱਦਾਂ ਦੀ ਨਹੀਂ ਗੱਲ ਹੈਗੀ ਉਹਨਾਂ ਨੂੰ ਜ਼ਿਆਦਾ ਜਿੱਦਾਂ ਵਿਆਹਾਂ ਦੇ ਖਿਲਾਰੇ ਤੋਂ ਖਿੱਚ ਚੜ੍ਹਦੀ ਆ ਵੇਖ ਕੇ ਅਤੇ ਉਹਨਾਂ ਨੂੰ ਇਹ ਹੁੰਦਾ ਕਿ ਫਟਾਫਟ ਹੁਣ ਇਹਨਾਂ ਦਾ ਘਰ ਸਾਫ਼ ਹੋ ਜਾਵੇ ਅਤੇ ਫਟਾਫਟ ਇਹਨਾਂ ਦੀ ਸਫਾਈ ਹੋ ਜਾਵੇ ਬਾਕੀ ਜਿਹੜੀ ਸਾਡੀ ਡੇਲੀ ਦੀ ਸਫਾਈ ਆ ਉਹ ਤਾਂ ਅਸੀਂ ਆਪੇ ਹੀ ਕਰਦੇ ਹਾਂ ਉਹ ਨਹੀਂ ਕੋਈ ਕਰਨ ਹੁੰਦਾ ਹਾਂਜੀ ਅੱਛਾ ਕਮਲ ਜਦੋਂ ਆਪਾਂ ਸ਼ੁਰੂਆਤ ਕਰਦੇ ਹੈ ਨਾ ਤੁਸੀਂ ਵੀ ਇੱਕ ਸਟਾਰਟਿੰਗ ਪੁਆਇੰਟ ਸੀਗਾ ਤੁਸੀਂ ਤੁਹਾਨੂੰ 5 ਮਹੀਨੇ ਹੋ ਗਏ ਗਰੋ ਕਰਦਿਆਂ ਕਰਦਿਆਂ ਨੂੰ ਹੈ ਨਾ ਫਿਰ ਇੱਕ ਕਿਉਂਕਿ ਬਹੁਤ ਔਕੜਾਂ ਆਈਆਂ ਟੀਮ ਬਣਦੀ ਹੈ ਪਹਿਲੇ ਦਿਨ ਫਿਰ ਟੁੱਟ ਜਾਂਦੀ ਹੈ ਫਿਰ ਫੈਮਲੀ ਨੂੰ ਲਾਉਂਦੇ ਆ ਇਹਨਾਂ ਤੋਂ ਆਪਣਾ ਕੰਮ ਦਾ ਪ੍ਰੈਸ਼ਰ ਇਹਨਾਂ ਨੂੰ ਮਨਾਉਣਾ ਪੈਂਦਾ ਸੀਗਾ ਹੈ ਨਾ ਛੋਟੀਆਂ ਛੋਟੀਆਂ ਚਲੋ ਇਹ ਘਰ ਦੀਆਂ ਗੱਲਾਂ ਸੀਗੀਆਂ ਹੈ ਨਾ ਫਿਰ 5 ਮਹੀਨੇ ਸਟਰਗਲ ਕਰਨਾ ਕਿਤੇ ਇੱਦਾਂ ਦਾ ਪੁਆਇੰਟ ਆਉਂਦਾ ਜਿੱਥੇ ਤੁਸੀਂ ਸੋਚਦੇ ਹੋ ਕਿ ਯਾਰ ਇੱਥੇ ਤਾਂ ਸਟਰਗਲ ਹੀ ਸਟਰਗਲ ਆ ਪਤਾ ਨਹੀਂ ਬੈਨੀਫਿਟ ਹੋਊਗਾ ਨਹੀਂ ਹੁੰਦਾ ਫਿਰ ਕਦੀ ਇਹ ਦਿਲ 'ਚ ਆਇਆ ਸੀਗਾ ਕਿ ਸ਼ਟਡਾਊਨ ਕਰਦਾ ਬੰਦ ਕਰਦਾ ਨਹੀਂ ਮੇਰੇ ਬਿਲਕੁਲ ਨਹੀਂ ਆਇਆ ਕਿਉਂਕਿ ਮੇਰਾ ਜਨੂਨ ਹੀ ਇੰਨਾ ਜ਼ਿਆਦਾ ਸੀ ਕਿ ਕਰਨਾ ਹੀ ਕਰਨਾ ਵਾ ਅਤੇ ਕਰਨਾ ਹੀ ਕਰਨਾ ਵਾ ਇਸ ਕਰਕੇ ਮੇਰੇ ਬਿਲਕੁਲ ਨਹੀਂ ਮਾਇੰਡ ਦੇ 'ਚ ਇੱਕ ਵਾਰ ਵੀ ਇਹ ਗੱਲ ਆਈ ਕਿ ਮੈਂ ਆਪਣੇ ਕੰਮ ਨੂੰ ਥੋੜ੍ਹਾ ਢਿੱਲਾ ਪਾ ਦਾਂ ਨਹੀਂ ਹਾਂ ਵੀਡੀਓ ਜ਼ਰੂਰ ਅੱਗੇ ਪਿੱਛੇ ਹੋ ਜਾਂਦੀਆਂ ਸੀ ਕਿਉਂਕਿ ਉਦੋਂ ਮੇਰੀ ਰੂਟੀਨ ਨਹੀਂ ਮੇਰੀ ਉਦੋਂ ਤੱਕ ਬਣੀ ਕਿਉਂਕਿ ਸਿੱਧੀ ਜੀ ਗੱਲ ਆ ਜੀ ਜਦੋਂ ਜੇਬ ਦੇ ਵਿੱਚ ਕੁਛ ਆਉਣਾ ਸ਼ੁਰੂ ਹੁੰਦਾ ਨਾ ਰੂਟੀਨਾਂ ਫੇਰ ਹੀ ਬਣਦੀਆਂ ਨੇ ਇਹ ਸਾਰੇ ਵੇਖਣ ਵਾਲਿਆਂ ਨੂੰ ਵੀ ਪਤਾ ਹੋਊਗਾ ਅਤੇ ਇਸ ਕਰਕੇ ਰੂਟੀਨ ਨਹੀਂ ਕੁਝ ਹੈਗੀ ਹਾਂ ਇੰਨਾ ਜ਼ਰੂਰੀ ਕਿ ਕੋਈ ਵੀਡੀਓ ਤੀਸਰੇ ਦਿਨ ਹੀ ਪੈ ਜਾਂਦੀ ਸੀ ਕੋਈ ਵੀਡੀਓ 5ਵੇਂ ਦਿਨ ਹੀ ਪੈ ਜਾਂਦੀ ਸੀ ਪਰ ਵੀਡੀਓ ਪਾਉਣ ਤੋਂ ਮੈਂ ਰੁਕਿਆ ਬਿਲਕੁਲ ਨਹੀਂ ਆ ਕੁਛ ਨਾ ਕੁਛ ਕੰਸੈਪਟ ਅਸੀਂ ਕਰਦੇ ਹੀ ਰਹੇ ਹਾਂ ਅਤੇ ਇਸ ਕਰਕੇ ਮੈਂ ਰੋਕਣ ਦਾ ਕੰਮ ਤਾਂ ਬਿਲਕੁਲ ਨਹੀਂ ਸੋਚਿਆ ਬਾਕੀ ਚਲੋ ਚੱਲਦਾ ਗਿਆ ਮੇਰਾ ਦਿਨੋਂ ਦਿਨ ਕਿਉਂਕਿ ਜਦੋਂ ਮੈਂ ਵੀਡੀਓ ਪਾਉਣੀ ਮੇਰਾ ਹਰ ਰੋਜ਼ ਜੇ ਪਹਿਲੇ ਦਿਨ 100 ਦਿਲ ਚੱਲੀ ਆ ਦੂਸਰੀ ਵੀਡੀਓ ਪਹਿਲੇ ਦਿਨ 200 ਚੱਲਦੀ ਹੁੰਦੀ ਸੀ ਅਤੇ ਉਹ ਮੈਨੂੰ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਜਿਹੜਾ ਮੈਨੂੰ ਬਹੁਤ ਵਧੀਆ ਲੱਗਾ ਉਹ ਮੇਰੀ ਜਿਹੜੀ ਮਿਹਨਤ ਅੱਜ ਕਾਮਯਾਬ ਆ ਮੈਨੂੰ ਉਹ ਜ਼ਿਆਦਾ ਸੋਹਣਾ ਲੱਗਦਾ ਪਹਿਲੇ ਦਿਨ ਹੀ ਵੀਡੀਓ ਕੋਈ ਕਿਸੇ ਕੋਲੋਂ ਸ਼ੇਅਰ ਕਰਵਾ ਕੇ 1-2 ਲੱਖ ਚਲਾਉਣ ਦੇ ਨਾਲੋਂ ਮੇਰੀ ਖੁਦ ਦੀ ਆਪਣੀ ਮਿਹਨਤ ਦੇ ਨਾਲ ਜਿਹੜੀ 100-200 ਚੱਲਦੀ ਸੀ ਉਹ ਮੇਰੇ ਲਈ ਜ਼ਿਆਦਾ ਕੀਮਤੀ ਸੀ ਹਾਂਜੀ ਜਦੋਂ ਤੁਸੀਂ ਦੱਸਿਆ ਕਿ ਪੈਸੇ ਆਉਂਦੇ ਤਾਂ ਟੀਮ ਬਣਦੀ ਹੈ ਅਤੇ ਜਦੋਂ ਪੈਸੇ ਆਉਂਦੇ ਉਦੋਂ ਟੀਮ ਟੁੱਟਦੀ ਵੀ ਆ ਕਿਉਂਕਿ ਹੁਣ ਦੂਜੇ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਅਸੀਂ ਕਿੰਨਾ ਇਨਵੈਸਟ ਕਰ ਰਹੇ ਹਾਂ ਕਿੰਨੇ ਪੈਸੇ ਲੱਗ ਰਹੇ ਆ ਸਾਨੂੰ ਕੀ ਬਚ ਰਿਹਾ ਕੀ ਨਹੀਂ ਉਹਨਾਂ ਨੂੰ ਸਿਰਫ ਇਹ ਹੁੰਦਾ ਕਿ ਇਹਨਾਂ ਨੂੰ ਇੱਕ ਅਮਾਊਂਟ ਆ ਰਹੀ ਹੈ ਔਰ ਇੰਨੀ ਆ ਰਹੀ ਹੈ ਨਾ ਫਿਰ ਉਹ ਵਹਿਮ ਦੇ ਵਿੱਚ ਟੀਮਾਂ ਟੁੱਟਦੀਆਂ ਨੇ ਤੁਹਾਡੇ ਨਾਲ ਵੀ ਇਵੇਂ ਹੋਇਆ ਹਾਂਜੀ ਹਾਂਜੀ ਬਿਲਕੁਲ ਹੋਇਆ ਪਰ ਮੇਰੇ ਨਾਲ ਇਹ ਹੈ ਕਿਉਂਕਿ ਮੇਰੇ ਨਾਲ ਨਾ ਸਾਰੇ ਮੇਰੇ ਟੀਮ ਦੇ ਮੈਂਬਰ ਜਿਹੜੇ ਸੀ ਆਪਣੇ ਨੇੜੇ ਨੇੜੇ ਤੋਂ ਹੀ ਆ ਅਸੀਂ ਆਪਣੇ 5 ਕਿਲੋਮੀਟਰ ਦੇ ਏਰੀਏ ਤੋਂ ਜ਼ਿਆਦਾ ਟੀਮ ਮੈਂਬਰ ਨਹੀਂ ਕੋਈ ਲੈਂਦੇ ਉਹਦੀ ਰੀਜ਼ਨ ਇਹ ਹੈ ਕਿ ਕਈ ਵਾਰ ਘਰਾਂ ਦੇ ਕਿਉਂਕਿ ਅਸੀਂ ਪਿੰਡਾਂ ਦੇ 'ਚ ਰਹਿਣ ਵਾਲੇ ਹਾਂ ਹੈ ਨਾ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਕਿਤੇ ਜਾਣਾ ਆਉਣਾ ਪੈ ਜਾਂਦਾ ਕੋਈ ਰਿਸ਼ਤੇਦਾਰ ਆ ਗਿਆ ਇੰਨੇ ਚਿਰ ਦੇ ਵਿੱਚ ਸਾਨੂੰ ਕਿਤੇ ਅੱਡੇ ਦੇ ਉੱਤੇ ਭੱਜਣਾ ਪੈਂਦਾ ਅਤੇ ਇਸ ਕਰਕੇ ਇਹ ਹੁੰਦਾ ਕਿ ਚਲੋ ਸਾਰੇ ਟੀਮ ਮੈਂਬਰ ਨੇੜੇ ਨੇੜੇ ਤੋਂ ਹੋਣ ਜੇ ਬਾਈ ਚਾਂਸ ਕਿਸੇ ਨੂੰ ਜਾਣਾ ਵੀ ਪਵੇ ਜੇ ਕਈ ਵਾਰ ਕਿ ਹਸਬੈਂਡ ਵਾਈਫ ਆਏ ਆ ਅਤੇ ਜੇ ਵਾਈਫ ਦਾ ਸੀਨ ਚੱਲ ਰਿਹਾ ਤਾਂ ਹਸਬੈਂਡ ਨੂੰ ਅਸੀਂ ਕਹਿ ਵੀ ਸਕਦੇ ਹਾਂ ਜਾਓ ਤੁਸੀਂ ਆਪਣਾ ਜਾ ਕੇ ਕੰਮ ਕਰ ਲਓ ਕੋਈ ਪ੍ਰੋਬਲਮ ਨਹੀਂ ਆ ਅਤੇ ਇਸ ਕਰਕੇ ਮੈਂਬਰ ਤਾਂ ਅਸੀਂ ਸਾਰੇ ਨੇੜੇ ਨੇੜਿਓਂ ਲੈਂਦੇ ਹਾਂ ਅਤੇ ਬਾਕੀ ਇਹ ਕਿ ਟੀਮ ਮੇਰੀ ਤਾਂ ਚਲੋ ਬਹੁਤ ਸੋਹਣੀ ਸੀ ਸਭ ਤੋਂ ਪਹਿਲਾਂ ਤਾਂ ਮੇਰੀ ਆਪਣੀ ਫੈਮਿਲੀ ਨਾਲ ਲੱਗੀ ਸੀ ਅਤੇ ਬਸ ਕੁਛ ਗੱਲਾਂ ਇਹੋ ਜਿਹੀਆਂ ਜਿਹੜੀਆਂ ਅਸੀਂ ਨਹੀਂ ਮੈਂ ਦੱਸ ਸਕਦਾ ਅੱਛਾ ਜਦੋਂ ਇਹ ਚੈਨਲ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਬਾਹਰ ਵੀ ਗਏ ਹੋ ਦਿਹਾੜੀਆਂ ਵੀ ਲਾਈਆਂ ਨੇ ਹੈ ਨਾ ਕਿਹੜਾ ਕਿਹੜਾ ਕੰਮ ਕੀਤਾ ਕਿਵੇਂ ਕਿਵੇਂ ਸਟਰਗਲ ਕੀਤਾ ਤੁਸੀਂ ਦੇਖੋ ਜੀ ਮੈਂ ਕਦੇ ਵੀ ਕੰਮ ਕਰਨ ਤੋਂ ਨਹੀਂ ਝੱਕਿਆ ਕਿਉਂਕਿ ਮੇਰੀ ਜਿਹੜੀ ਪਾਵਰ ਮੈਨੂੰ ਮਿਲਦੀ ਰਹੀ ਆ ਉਹ ਇਹਨਾਂ ਤੋਂ ਮਿਲਦੀ ਰਹੀ ਆ ਹੁਣ ਆਪਣੇ ਫਾਦਰ ਸਾਹਿਬ ਤੋਂ ਕੰਮ ਕਰਨਾ ਮਿਹਨਤ ਕਰਨੀ ਕਮਾਈ ਕਰਨੀ ਬੱਚਤ ਕਰਨੀ ਅਤੇ ਸਭ ਤੋਂ ਖਾਸ ਗੱਲ ਕਿ ਜਿੱਦਾਂ ਆਮ ਹੀ ਡਰਾਈਵਰੀ ਲਾਈਨ ਨੂੰ ਲੋਕਾਂ ਨੇ ਬਹੁਤ ਬਦਨਾਮ ਕੀਤਾ ਕਿ ਬਈ ਇਹ ਨਸ਼ੇ ਦਾ ਗਾੜਾ ਮੇਰੇ ਫਾਦਰ ਸਾਹਿਬ ਨੇ ਕਰੀਬ ਕੋਈ 30 ਸਾਲ ਗੱਡੀ ਚਲਾਈ ਆ ਡਰਾਈਵਰੀ ਕੀਤੀ ਆ ਨਹੀਂ ਹੁਣ ਨਹੀਂ ਕਰਦੇ ਅਤੇ 30 ਸਾਲ ਇਹਨਾਂ ਨੇ ਗੱਡੀ ਚਲਾਈ ਆ ਇਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕੀਤਾ ਅਤੇ ਇਹਨਾਂ ਨੇ ਨਹੀਂ ਕੀਤਾ ਹੁਣ ਮੇਰੀ ਉਮਰ ਖੁਦ ਦੀ 34 ਸਾਲ ਹੋ ਚੁੱਕੀ ਆ ਅਤੇ ਮੈਂ ਅੱਜ ਤੱਕ ਆਪ ਕੋਈ ਨਸ਼ਾ ਨਹੀਂ ਕੀਤਾ ਇਸ ਕਰਕੇ ਮੇਰੇ ਜਿਹੜੇ ਪ੍ਰੇਰਨਾ ਸਰੋਤ ਨੇ ਉਹ ਮੇਰੇ ਫਾਦਰ ਸਾਹਿਬ ਨੇ ਮੇਰਾ ਜੋ ਕੁਝ ਵੀ ਜਿੰਨੀ ਵੀ ਮੇਰੀ ਅੱਜ ਕਮਾਈ ਆ ਜੋ ਵੀ ਹੈਗੀ ਆ ਸਾਰਾ ਕੁਝ ਇਹਨਾਂ ਨੂੰ ਸਮਰਪਿਤ ਆ ਇਹ ਸਭ ਤੋਂ ਪਹਿਲਾਂ ਨੇ ਬਾਕੀ ਮੇਰੀ ਸਾਰੀ ਫੈਮਿਲੀ ਇਹਨਾਂ ਤੋਂ ਬਾਅਦ ਵਿੱਚ ਜਦੋਂ ਬਾਹਰ ਗਏ ਸੀਗੇ ਉੱਥੇ ਜਦੋਂ ਵਿਦੇਸ਼ 'ਚ ਜਾਂਦੇ ਹੋ ਉੱਥੋਂ ਦੀ ਇੱਥੇ ਦੀ ਇਨਕਮ ਦੇ ਵਿੱਚ ਬਹੁਤ ਫਰਕ ਹੈ ਇੱਥੇ ਕੰਮ ਕਰਨ ਨੂੰ ਲੈ ਕੇ ਉੱਧਰਲੇ ਰੂਲ ਐਂਡ ਰੈਗੂਲੇਸ਼ਨਸ ਫਿਰ ਤੁਸੀਂ ਉੱਧਰੋਂ ਛੱਡ ਕੇ ਇੱਧਰ ਆਉਣਾ ਕਿਉਂਕਿ ਅੱਜ ਕੱਲ੍ਹ ਹਰ ਤੀਜੇ ਨੌਜਵਾਨ ਦਾ ਸੁਪਨਾ ਇਹ ਕਿ ਬਾਹਰ ਸੈਟਲ ਹੋ ਜਾਈਏ ਪਰ ਤੁਸੀਂ ਇੱਥੇ ਆ ਕੇ ਨਾ ਖੁਦ ਸੈਟਲ ਹੋਏ ਹੋਰ ਵੀ 100-200 ਬੰਦਿਆਂ ਨੂੰ ਰੁਜ਼ਗਾਰ ਵੀ ਦਿੱਤਾ ਬਸ ਜੀ ਇਹ ਤਾਂ ਕਿਰਪਾ ਵਾਹਿਗੁਰੂ ਦੀ ਕਿ ਕੋਈ ਇਹ ਵੇਲਾ ਸੀ ਜਦੋਂ ਮੈਂ ਕਿਸੇ ਦੇ ਅੱਗੇ ਦਿਹਾੜੀਆਂ ਕਰਦਾ ਹੁੰਦਾ ਸੀ ਅਤੇ ਅੱਜ ਉਹ ਵੇਲਾ ਹੈ ਕਿ ਮੈਂ ਆਪਣੀ ਟੀਮ ਨੂੰ ਜਿੰਨੇ ਮੇਰੇ ਟੀਮ ਦੇ ਮੈਂਬਰ ਆ ਉਹਨਾਂ ਸਾਰੇ ਟੀਮ ਦੇ ਮੈਂਬਰਾਂ ਨੂੰ 1 ਲੱਖ ਤੋਂ 1.5 ਲੱਖ ਰੁਪਏ ਤੱਕ ਜਿਹੜੀ ਮੈਂ ਪੇਮੈਂਟ ਜਿਹੜੀ ਦੇ ਰਿਹਾ ਵਾਂ
तो मैं तेनों रब की वाहगुरु की कृपा समझागा। तो दूसरा यह है कि मैं कदम अपने काम करने वाले अपने नाल जो वर्कर नहीं समझिया उन्होंने अपना फैमिली मैंबर ही समझीदा वा। वो जो तुम मेरी टीम के ना गल करोगे तो आपे पता लग जाना उन्होंने की सोचनी आ। तो बाकी बाहर की लाइफ जी कुछ अलग तरह की है क्योंकि साडे लोग जड़े ने ना ये जोड़ा पैमाना हों कंट्री के हिसाब न मिथदे आ जिमें कि वह मिथ लेंगे ने कि जो कोई दुबई गया वा सऊदी गया वा तो एक लोअर कंट्रिया दे विच गए आ जे कोई कनेडा इंग्लैंड अमेरिका गया वा तो वह अपर कंट्रिया दे विच गए आ। इदा का पैमाना मिथदे ने साडे लोग क्योंकि कुछ गर्मी के रीज़न करके भी तो कुछ थोड़े टाइम का जान करके। तो बाकी यह है कि चलो मैं जो दो तीन साल उत्थे ला के आया वो बहुत कीमती ही उन्होंने मैनू बहुत कुछ सिखाया भी आ मैं कमाया भी आ ते प्लस मैं सीखिया भी बहुत कुछ वा। तो यह है कि जो भावें तुहाडे कोल जिन्ना मर्जी पैसा होवे जो जिन्नी मर्जी तुहाडे कोल दौलत होवे अपने धियां पुत्तां नूं एक बार गरीबी जरूर दिखाओ। ये मेरे फादर साहब का भी मनना है क्योंकि मेरा इन्हां हर सुपना पूरा किया मैं कोई भी चीज़ आखनी मैनू मेरे मम्मा ने गल मैं मम्मा नूं कहनी तो मम्मा ने मैनू ये चीज़ लैके देनी पर देनी पूरियां चीकां कढ़वा के कि यह पता लग जाए कि चीज़ लैण दे लई मेहनत किन्नी करनी पैंदी आ। तो चीज़ हरेक लैके दित्ती तो अगे साड़ी अपनी भी कोशिश यह होंगी है कि मैं अपने बेटे भी जी चीज़ आहमियत सिखावा कि सिर्फ ये नहीं कि अज उन्हें पैसे मंगे अं उन्हें पैसे देते तो वह अपनी चीज़ लै आए नहीं उन्होंने पता लगे कि यह चीज़ कमाई किदा जाती है। तो इस करके कि बाहर दे बाहर की कमाई की भी कदर करनी चाहिए है बाकी इतने भी बहुत कुछ वा करने वास्ते अगर तुम करना चाहो तो। संदीप पहला लाइफ के भी बहुत स्ट्रगल किया बड़े छोटे होंगे से जो पेरेंट्स डैथ हो जाती है किमें लाइफ किमें कि जोड़ा है एक तो बाद है ना पेरेंट्स की डैथ होंगी फिर तुहाडा पालन पोषण कौन करता। हाँ जी जो मेरे मम्मी डैडी की डैथ हुई है तो उस तो बाद मेरे मासी जी ही मैनू वो अपने कोल लै गए उन्होंने मतलब चार बेटे ही उन्होंने कोई बेटी नहीं सी हैगी तो उन्होंने कहा कि चलो मैं इनू अपनी बेटी बना लैनी है ना तो मैं ही यदा पालन पोषण करांगी यदि मैरिज भी करांगी। जदों कजे मेरी मैरिज का टाइम से उदों कजे भी उन्होंने भी डैथ हो गई। अच्छा। हाँ जी तो फिर अगे जेडे उन्होंने नौ ही गए सब तो व्डे उन्होंने भी गाड़ी कोई बेटी नहीं सी हैगी तीन बेटे ही ने। अच्छा। फिर वो मैनू उन्होंने अपने कोल रखिया तो उन्होंने ही मेरी मैरिज की वो अपने पेके घर रेंदे क्योंकि उन्होंने सारी फैमिली जी बाहर USA रही है तो वो उत्थे रहन लग पे। मतलब बड़ी लंबी स्टोरी है मेरी जे तुम मेरी कली की यह स्टोरी सुनो ना तो सारा दिन लंघ जूगा कि मैं तुम्हें मेन मेन दस दिनी हाँ। तो फिर वो मेरे मासी जी दिन नौ जड़े ने इस टाइम मेरे मम्मी आ मैं उन्होंने मम्मी डैडी ही कहनी हाँ तो उ मेरे पेके आ मैं उत्थे ही जानी आनी हाँ तो उन्होंने मेरी मैरिज की आ तो आपस में उ कुड़मनी कुड़मनी वाला इन्हों का हाल आ। फिर आंटी इन्हों है ना बचपन माँ छुट गई हूँ पूरा धी वांगू रख दे। हाँ पूरा प्यार करनी हाँ मैं अपनी धी ही समझनी हाँ अपनी बेटी ने कुछ कह लाँगे तो कह लाँगे इनू मैं कभी नहीं कुछ किया है बस हसद खेड़ पता नहीं लगता दिन कितने लंघ जाता। अच्छा ये जे असी सस की गल करिए है ना तो सस हमेशा फर्क करती है भी जे धी कुछ करनी उन्हें हमेशा अलाउ किया जाता है ना जे नो करती है तो उन्हें हमेशा रोकया जाता है ना बिच ये भी गल्ला हुंदियां कि लोग की कहणगे है ना फिर धियां बारे ये नहीं सोचा जाता है ना नो बारे सोचते उदा कभी कुछ होया कभी गलबात नहीं कभी नहीं हुई है जी गल कोई रल मिल के रेंदे भी मेरी धियां वर्गी लगती जिदा की प्रीत है उदा की ये आ एक मेरी बाहर आ बेटी बस तिने जाने एको जी लगदियाँ मैं। अच्छा फिर जदों नौ ने एक्टिंग शुरू की सी बहुत वधिया लगती है सोहनी हाँ बहुत चंगी लगती है एक्टिंग कर दी मैनू समझाउंदे आ इदा करना भी अजे तो पुराने मॉडल दे होए पुराने मॉडल। अच्छा ये सूट भी तुहाडे सिलेक्ट करदे जिदा हुण इन्होंने कहा वे सारियां सारियां चीज़ां यही मैनेज कर खरीद के भी इन्हें लिया के देने इदा का लिया के देना आ लिया के देना वा सवाना भी किवें दा मैं कहीं भी कहनी इन्नी इन्नी गाढ़े सूट ना लैके दया कर चंगे नहीं लगते नहीं मम्मा अजय इन्हें फिके पाउन देने है आप लुने लवाया। अच्छा कवल जदों शुरुआत होंगी है ना तुम कम करते हो फिर फैमिली लैना शुरू कर दो तो फिर वो लोग जोड़े तो निंदा करते सीगे वो फिर बाद च प्रेज करते ने फिर आते ने थोड़े को निंदा तो चलो देखो वो एक लाइफ का पार्ट है जदों कुछ लोगों को किसी चीज़ की समझ नहीं ना लगती फिर जो निंदा करते हैं तो या फिर वो तो डरते ने तो मेरे नाल यो दोवें कम होए जिमें तुम मैं स्टार्टिंग दसिया कि मेरी लाइफ का बहुत व्डा रिस्क ही है अगर मैं फेल हो जाता तो मैनू तो इन्होंने दोवे जाणियों किसी ने जीन नहीं देना ठीक है
ਸਾਡਾ ਬਾਹਰ ਨਿਕਲਣਾ ਜਿਹੜਾ ਮਾਹੌਲ ਕਰ ਦੇਣਾ ਅਸੀਂ। ਚਲੋ ਜ਼ਿਆਦਾ ਨਹੀਂ ਮੈਂ ਕਹਿ ਸਕਦਾ, ਪਰ ਇੱਕ ਸਾਲ ਤੱਕ ਜਿਹੜੇ ਇਹ ਸਾਨੂੰ ਮਿਹਣੇ ਵੱਜਦੇ ਰਹਿਣੇ ਇਹ ਚੀਜ਼ ਨੂੰ ਲੈ ਕੇ, ਅਤੇ ਅੱਜ ਅਸੀਂ ਕਾਮਯਾਬ ਹੋ ਗਏ ਹਾਂ। ਅਤੇ ਜਿਹੜੇ ਲੋਕ ਸਟਾਰਟਿੰਗ ਦੇ ਉੱਤੇ ਆਉਂਦੇ ਹੁੰਦੇ ਵੀ ਤੁਸੀਂ ਇਹ ਕਿਹੜਾ ਕੰਮ ਫੜਿਆ, ਅਸੀਂ ਤਾਂ ਕਦੀ ਵੀ ਇਹੋ ਜਿਹੇ ਕੰਮ ਦੇ ਵਿੱਚ ਨਹੀਂ ਪਵਾਂਗੇ, ਭਾਵੇਂ ਜਿੰਨਾ ਮਰਜ਼ੀ ਪੈਸਾ ਇਹ 'ਚ ਆਉਂਦਾ ਹੋਵੇ। ਪਰ ਜਿੱਦਣ ਕਮਾਈ ਆਉਣੀ ਸ਼ੁਰੂ ਹੋਈ ਮੈਨੂੰ, ਉੱਦਣ ਫਿਰ ਉਹਨਾਂ ਲੋਕਾਂ ਨੇ ਵੀ ਛਾਲਾਂ ਮਾਰਨੀਆਂ ਸ਼ੁਰੂ ਕੀਤੀਆਂ, ਹੁਣ ਸਾਨੂੰ ਵੀ ਲੈ ਲਓ, ਅਸੀਂ ਵੀ ਕੰਮ ਕਰਨਾ ਤੁਹਾਡੇ ਨਾਲ। ਈਵਨ ਕਿ ਮੈਂ ਉਹਨਾਂ ਨੂੰ ਇੱਥੋਂ ਤੱਕ ਇੰਨੀ ਗੱਲ ਪੁੱਛੀ ਵੀ ਫਿਰ ਇਹਦਾ ਮਤਲਬ ਤੁਸੀਂ ਪੈਸੇ ਲਈ ਕੰਮ ਕਰਨਾ ਚਾਹੁੰਦੇ ਜੀ? ਹਾਂਜੀ ਆਂਦੇ, ਬਿਲਕੁਲ ਅਸੀਂ ਪੈਸੇ ਲਈ ਕੰਮ ਕਰਨਾ ਚਾਹੁੰਦੇ ਹਾਂ। ਹਾਂਜੀ ਹਾਂਜੀ, ਕਿਉਂਕਿ ਮੈਂ ਉਹਨਾਂ ਨੂੰ ਪਹਿਲਾਂ ਆਉਂਦਾ ਹੁੰਦਾ ਕਿ ਮੇਰੇ ਨਾਲ ਕੰਮ ਕਰੋ, ਮੇਰੇ ਕੋਲ ਟੀਮ ਨਹੀਂ ਹੈਗੀ ਕੁਛ ਗੱਲਾਂ ਦੀ, ਮੈਂ ਕਰਦੇ ਨਹੀਂ ਸੀਗੇ ਉਦੋਂ, ਕਰਦੇ ਨਹੀਂ ਸੀ ਉਦੋਂ ਉਹਨਾਂ ਦਾ ਇਹੋ ਹੀ ਕਹਿਣਾ ਸੀ ਕਿ ਨਹੀਂ ਬਈ ਅਸੀਂ ਜੇ ਪੈਸੇ ਲਈ ਵੀ ਇਹੋ ਜਿਹਾ ਕੰਮ ਕਦੀ ਨਾ ਕਰੀਏ, ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਹੈਗਾ ਕਿ ਪੈਸਾ ਆਏਗਾ। ਅਤੇ ਜਦੋਂ ਮੈਨੂੰ ਮੇਰੀ ਪੇਮੈਂਟ ਆਈ ਆ, ਫਿਰ ਮੈਂ ਉਹਨਾਂ ਨੂੰ ਵੀ ਜਾ ਕੇ ਦੱਸਿਆ ਕਿ ਮੇਰੀ ਮੈਨੂੰ ਮੇਰੀ, ਕਿਉਂਕਿ ਮੈਂ ਦੱਸਣਾ ਚਾਹੁੰਦਾ ਸੀ ਕਿ ਦੇਖ ਲਓ ਤੁਸੀਂ ਨਹੀਂ ਕੰਮ ਕਰਦੇ ਪਰ ਵੀ ਦੇਖ ਲਓ ਅੱਜ ਮੈਂ ਕਮਾਈ ਕੀਤੀ ਆ। ਫਿਰ ਉਹਨਾਂ ਨੇ ਜਿਹੜੇ ਆਉਂਦੇ ਹੁੰਦੇ ਸੀ ਕਿ ਨਹੀਂ ਵੀ ਅਸੀਂ ਨਹੀਂ ਕਰਨਾ, ਫਿਰ ਹਾਂ ਬਈ ਸਾਨੂੰ ਵੀ ਅਸੀਂ ਵੀ ਕਰਨਾ ਚਾਹੁੰਦੇ ਹਾਂ, ਤੁਸੀਂ ਸਾਨੂੰ ਵੀ ਹੁਣ ਨਾਲ ਲਓ, ਅਸੀਂ ਵੀ ਕਰਨਾ ਚਾਹੁੰਦੇ ਹਾਂ। ਅਤੇ ਇਹ ਆ ਕਿ ਦੁਨੀਆ ਜਿਹੜੀ ਆ ਨਾ, ਇਹ ਮੌਕਾ ਦੇਖ ਕੇ ਬਦਲਦੀ ਆ, ਅਤੇ ਇਹ ਚੱਲਦਾ ਆਇਆ ਵਾ, ਚੱਲਦਾ ਆਉਣਾ ਵਾ, ਅੱਗੇ ਵੀ ਚੱਲਦਾ ਆਏਗਾ। ਜਿੱਦਾਂ ਕਿ ਜਿਹੜੇ ਜਿਹੜੇ ਤੁਹਾਡੇ ਨਾਲ ਜੁੜੇ ਸੀ, ਤੁਸੀਂ ਦੱਸਦੇ ਸੀਗੇ ਪਹਿਲੀ ਪੇਮੈਂਟ ਆਉਂਦੀ ਹੈ, ਸਾਰਿਆਂ ਨੂੰ ਖੁਸ਼ ਕਰ ਦਿਓ। ਦੇਖੋ ਜੀ, ਮੇਰਾ ਸਾਥ ਬਹੁਤ ਦਿੱਤਾ ਸਾਰਿਆਂ ਜਾਣਿਆਂ ਨੇ। ਸੰਦੀਪ ਦੀ ਸਿਸਟਰ ਨੇ ਮੇਰਾ ਬਹੁਤ ਸਾਥ ਦਿੱਤਾ, ਇਹਨਾਂ ਦੀ ਵੱਡੀ ਸਿਸਟਰ ਆ, ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ। ਮੇਰੀਆਂ ਚਾਰੇ ਭੂਈਆਂ, ਉਹਨਾਂ ਮੇਰੀਆਂ ਭੂਆ ਨੇ ਬਹੁਤ ਸਾਥ ਦਿੱਤਾ ਮੇਰਾ। ਅਤੇ ਫਿਰ ਮੇਰਾ ਵੀ ਫਰਜ਼ ਬਣਦਾ ਕਿ ਮੈਂ ਜਿਨ੍ਹਾਂ ਦੇ ਸਿਰ ਦੇ ਉੱਤੇ ਥੋੜ੍ਹਾ ਅੱਗੇ ਆਇਆਂ, ਅਤੇ ਫਿਰ ਉਹਨਾਂ ਵਾਸਤੇ ਮੇਰੇ ਵੀ ਤਾਂ ਫਰਜ਼ ਬਣਦੇ ਨੇ। ਫਿਰ ਮੈਂ ਆਪਣੀ ਜਿੰਨੀ ਮੇਰੀ ਪਹਿਲੀ ਪੇਮੈਂਟ ਆਈ ਸੀ, ਮੈਂ ਸਾਰੀ ਦੀ ਸਾਰੀ ਇਹਨਾਂ ਸਾਰਿਆਂ ਜਾਣਿਆਂ ਦੇ ਵਿੱਚ ਜਿਹੜੀ ਉਡਾਤੀ, ਕਿਸੇ ਨੂੰ ਵਧੀਆ ਸੂਟ ਲੈ ਕੇ ਦੇਤਾ, ਕਿਸੇ ਨੂੰ ਕੋਈ TV ਲੈ ਕੇ ਦੇਤਾ, ਕਿਸੇ ਨੂੰ ਫਿਲਟਰ ਲੈ ਕੇ ਦੇਤਾ, ਬਸ ਇੱਦਾਂ ਕਰਕੇ ਜਿੰਨੀ ਪੇਮੈਂਟ ਆਈ ਸੀ ਸਾਰੀ ਸਾਰੀ 1 ਰੁਪਈਆ ਨਹੀਂ ਕੋਲ ਰੱਖਿਆ, ਅਤੇ ਨਾ ਇੰਨਾ ਸੋਚਿਆ ਸੀ ਕਿ ਯਾਰ ਮੇਰੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਰਕਮ ਜਿਹੜੀ ਮੈਂ ਉਡਾ ਦਿੱਤੀ ਹੈ ਮੇਰੇ ਕੰਮ ਆਏਗੀ। ਨਹੀਂ, ਪਰ ਮੇਰਾ ਸਾਥ ਬਹੁਤ ਜ਼ਿਆਦਾ ਦਿੱਤਾ, ਅਤੇ ਪਰ ਫਿਰ ਵੀ ਵਾਹਿਗੁਰੂ ਦੀ ਬਹੁਤ ਕਿਰਪਾ ਵਾ, ਜੇ ਉਦੋਂ ਉੰਨੀ ਗਾਈ ਸੀ ਅੱਜ ਉਹਦੇ ਨਾਲ ਵੱਧ ਕੇ ਆ ਰਹੀ ਹੈ। ਸੰਦੀਪ, ਜਿੱਦਾਂ ਕਿ ਸਾਰੇ ਜਣੇ ਮਿਲ ਕੇ ਰਹਿੰਦੇ ਹੋ, ਹੈ ਨਾ, ਇੱਥੇ ਆਪਾਂ ਦੇਖਦੇ ਹਾਂ ਹੱਸ ਖੇਡ ਕੇ ਸਾਰਾ ਦਿਨ ਨਿਕਲ ਜਾਂਦਾ, ਹੈ ਨਾ, ਕੋਈ ਲੜਾਈ ਝਗੜਾ ਨਹੀਂ, ਪਰ ਜਦੋਂ ਸੈੱਟ 'ਤੇ ਹੁੰਦੇ ਹੋ, ਜਦੋਂ ਐਕਟਿੰਗ ਕਰਦੇ ਹੋ, ਜਦੋਂ ਸ਼ੂਟ ਕਰਦੇ ਹੋ, ਉਦੋਂ ਫਿਰ ਕਲੇਸ਼ ਹੁੰਦਾ? ਉਦੋਂ ਤਾਂ ਕੁਛ ਨਾ ਪੁੱਛੋ, ਉਦੋਂ ਤਾਂ ਜੇ ਕੋਈ ਦੇਖੂਗਾ ਦੇਖੂਗਾ, ਇੰਨਾ 'ਚ ਕਦੀ ਪਿਆਰ ਹੋਇਆ ਹੀ ਨਹੀਂ ਹੋਣਾ, ਇੰਨਾ ਅਸੀਂ ਲੜਦੇ ਇੱਕ ਦੂਜੇ ਦੇ ਨਾਲ। ਮੇਰਾ ਡਾਇਲੋਗ ਹੁੰਦਾ ਵੱਖਰਾ, ਇਹਨਾਂ ਦੀ ਸੋਚ ਦਾ ਵੱਖਰਾ ਹੁੰਦਾ, ਫਿਰ ਸਾਡੀ ਆਪਸ ਵਿੱਚ ਜੰਗ ਹੁੰਦੀ ਆ ਕਿ ਨਹੀਂ ਇੱਦਾਂ ਨਹੀਂ ਇੱਦਾਂ ਬੋਲਾਂਗੇ ਆਪਾਂ, ਆਹ ਚੀਜ਼ ਸਹੀ ਲੱਗਣੀ ਆ, ਅਤੇ ਇਹ ਕਹਿਣਗੇ ਨਹੀਂ ਇੱਦਾਂ ਨਹੀਂ ਇੱਦਾਂ ਸਹੀ ਲੱਗੂਗਾ, ਬਸ ਇਸੇ ਚੀਜ਼ ਨੂੰ ਲੈ ਕੇ ਫਿਰ ਅਸੀਂ ਇੱਥੋਂ ਤੱਕ ਲੜਦੇ ਹੁੰਦੇ ਹਾਂ ਕਿ ਨਹੀਂ ਕੰਮ ਕਰਨਾ, ਇਹ ਕਹਿਣਗੇ ਬਸ ਹੁਣ ਕਰਨਾ ਹੀ ਨਹੀਂ, ਮੈਂ ਵੀ ਕਹੂੰਗੀ ਹਾਂਜੀ ਰਹਿਣ ਦਿਓ, ਕਰ ਦਿਓ ਬੰਦ ਸਾਰਾ ਕੁਛ, ਹੁਣ ਨਹੀਂ ਹੋ ਜਾਂਦਾ, ਪੈਕਅਪ ਹੋ ਜਾਂਦਾ ਪੂਰਾ ਟੋਟਲੀ, ਫਿਰ ਉੱਧਰੋਂ ਮੰਮੀ ਜੀ ਆਉਣਗੇ, ਡੈਡੀ ਜੀ ਆਉਣਗੇ, ਉੱਠੋ ਬੱਚਿਓ ਤੁਸੀਂ ਕਿਹੜਾ ਕੰਮ ਕਰਨ ਡੇ ਜੇ, ਕਰੋ ਕਰੋ ਕੰਮ, ਇੱਦਾਂ ਨਹੀਂ ਕਰੀਦਾ, ਲੜਾਈ ਨਹੀਂ ਕਰੀਦੀ, ਚਲੋ ਚਲੋ ਹਾਂਜੀ, ਬਸ ਫਿਰ ਇਹਨਾਂ ਨੇ ਹੌਲੀ 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 ਲਾ ਦੇਣਾ ਹੁੰਦਾ ਫਿਰ। ਇੱਕ ਕੀਮਤੀ ਚੀਜ਼ ਹੈਗੀ, ਉਹ ਤੁਹਾਨੂੰ ਮੈਂ ਦੱਸਦਾ ਵਾਂ, ਜਦੋਂ ਸ਼ੁਰੂ ਸ਼ੁਰੂ ਸੀ ਨਾ, ਉਦੋਂ ਜਦੋਂ ਇੱਦਾਂ ਲੜਾਈ ਹੋ ਜਾਣੀ, ਅਤੇ ਉਦੋਂ ਗੱਲ ਇਹ ਹੁੰਦੀ ਹੁੰਦੀ ਸੀ, ਜਾਓ ਫਿਰ ਮੈਂ ਚੈਨਲ ਡਿਲੀਟ ਕਰ ਦੇਣਾ, ਹੈਂ ਇਹਨਾਂ ਨੇ ਵੀ ਆਖਣਾ ਕਰਦੇ ਫਿਰ, ਆਹੋ ਜੱਬ ਪਾਇਆ ਸਾਡੇ ਵਾਸਤੇ। ਪਰ ਜਦੋਂ ਕਮਾਈ ਆਉਣੀ ਸ਼ੁਰੂ ਹੋਈ ਨਾ, ਮੈਂ ਆਪਣੀ ਵੀ ਗੱਲ ਕਰਾਂ, ਅਤੇ ਮੈਂ ਖੁਦ ਦੀ ਵੀ ਗੱਲ ਕਰਾਂ, ਮਤਲਬ ਕਹਿਣ ਦਾ ਮਤਲਬ ਇਹ ਕਿ ਅਸੀਂ ਖੁਦ ਵੀ ਬਹੁਤ ਮਤਲਬੀ ਹਾਂ। ਜਦੋਂ ਕਮਾਈ ਆਉਣੀ ਸ਼ੁਰੂ ਹੋਈ, ਉਹਦੇ ਤੋਂ ਬਾਅਦ ਇਹ 'ਚ ਅੱਜ ਤੱਕ ਕਦੀ ਕਿਸੇ ਨੇ ਇਹ ਗੱਲ ਦਾ ਨਾਂ ਨਹੀਂ ਲਿਆ ਕਿ ਚੈਨਲ ਡਿਲੀਟ ਕਰ ਦੇਣਾ। ਇੱਕ ਹੋਰ ਬੜਾ ਸਾਨੂੰ ਫਾਇਦਾ ਹੋ ਗਿਆ ਇਸ ਕੰਮ ਨਾਲ, ਅੱਗੇ ਕਿਤੇ ਘਰ ਦੇ ਵਿੱਚ, ਹਰ ਘਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਭੈਣ ਭਰਾ ਆਪਣੇ ਲੜ ਝਗੜੇ ਪੈਂਦੇ ਆ, ਅਤੇ ਲੜ ਪੈਣਾ ਦੇ ਲੋਕਾਂ ਨੂੰ ਮਨ ਵੀ ਵੇਖਣਾ, ਅਸੀਂ ਵੀ ਵੇਹਦੇ ਲੋਕਾਂ ਜਦੋਂ ਕੋਈ ਲੜਦਾ ਚੱਲ ਤਾਂ ਜ਼ਿਆਦਾ ਵੇਹਦੇ, ਕੀ ਹੋਣ ਡਿਆ ਇਹਨਾਂ ਦਾ ਘਰ, ਹੁਣ ਇੰਨਾ ਕੁ ਹੋ ਗਿਆ ਵੀ ਅਸੀਂ ਲੜੀਏ ਵੀ ਲੋਕ ਆਉਂਦੇ ਨਹੀਂ, ਇਹ ਵੀਡੀਓ ਹੀ ਬਣਾਉਂਦੇ ਆ, ਵੀਡੀਓ ਬਣਾਉਂਦੇ ਆ। ਚਲੋ ਇਹ ਤਾਂ ਤੁਹਾਨੂੰ ਬੈਨੀਫਿਟ ਹੋਇਆ, ਹੈ ਨਾ, ਅਤੇ ਜਿੱਦਾਂ ਹੁਣ ਇੱਥੇ ਰਹਿੰਦੇ ਹੋ, ਹੈ ਨਾ, ਬੱਚੇ ਵੀ ਆ, ਬੱਚਿਆਂ ਨੂੰ ਵੀ ਵਿੱਚ ਇਨਵੋਲਵ ਕਰਦੇ ਹੋ? ਹਾਂਜੀ, ਬੱਚਿਆਂ ਨੂੰ ਫਿਰ ਜਿੱਥੇ ਕਿਤੇ ਬੱਚਿਆਂ ਦੇ ਛੋਟੇ ਸੀਨ ਹੁੰਦੇ ਉਹ ਵੀ ਲਈਦੇ ਆ, ਅਤੇ ਨੋਰਮਲੀ ਗੁੜੀਆ ਵਾ ਸਾਡੀ ਛੋਟੀ, ਅਤੇ ਹਾਂਜੀ ਉਹਨੂੰ ਫਿਰ ਵੀਡੀਓ 'ਤੇ ਜੇ ਹਿਸਾਬ ਨਾਲ ਲੈਣਾ ਪੈਂਦਾ ਵਾ, ਕਿਉਂਕਿ ਕਈ ਵਾਰ ਫਿਰ ਕੋਈ ਸੋਚਣ ਵਾਲਾ ਵੀ ਸੋਚ ਸਕਦਾ ਕਿ ਬੱਚੇ ਦੀ ਆਵਾਜ਼ ਆ ਰਹੀ ਆ ਪਿੱਛੋਂ, ਵੀਡੀਓ ਵਿੱਚ ਲਿਆ ਨਹੀਂ ਆ, ਵੀਡੀਓ ਦੇ ਅਕੋਰਡਿੰਗ ਸੋਚਣਾ ਪੈਂਦਾ ਨਾ, ਫਿਰ ਅਸੀਂ ਉਹਨੂੰ ਥੋੜ੍ਹਾ ਜਿਹਾ ਵਿੱਚ ਲੈ ਲਈਦਾ ਵਾ, ਜਾਂ ਆਪਣੀ ਬੇਟੀ ਬਣਾ ਲਈ ਦੀ ਆ, ਜਾਂ ਵਿੱਕੀ ਪ੍ਰੀਤ ਦੀ ਬੇਟੀ ਬਣਾ ਲਈ ਦੀ ਆ, ਮੂੜੀ ਵੀ ਬਹੁਤ ਆ, ਉਹ ਮਰਜ਼ੀ ਦੀ ਮਾਲਕ ਆ, ਹੁਣ ਉਹ ਹੌਲੀ ਹੌਲੀ ਆਪਣੀ ਮਰਜ਼ੀ ਦੀ ਮਾਲਕ ਹੁੰਦੀ ਜਾਂਦੀ, ਦਿਲ ਕੀਤਾ ਕਿ ਬਈ ਮੈਂ ਕੰਮ ਕਰਨਾ, ਨਹੀਂ ਦਿਲ ਕੀਤਾ ਮੈਂ ਨਹੀਂ ਕਰਨਾ, ਉਹ ਕਈ ਵਾਰ ਉਹਦੇ ਕਰਕੇ ਸਾਡੀ 2-2-3-3 ਘੰਟੇ ਜਿਹੜੀ ਵੀਡੀਓ ਰੁਕ ਜਾਂਦੀ ਆ। ਹਾਂਜੀ ਅੰਕਲ ਜੀ, ਤੁਸੀਂ ਡਰਾਈਵਰੀ ਕਰਦੇ
ਸਮੇਂ ਦੇ ਨਾਲ ਚੱਲਣਾ ਪੈਂਦਾ ਜਿੱਦਾਂ ਦਾ ਸਮਾਂ ਹੋਵੇ। ਉਦੋਂ ਸਾਡੇ ਕੋਲ ਇਹੋ ਜਿਹਾ ਕੋਈ ਕੰਮ ਹੈ ਨਹੀਂ ਸੀ, ਅਤੇ ਉਦੋਂ ਘਰ 'ਚ ਆਉਣ ਵਾਸਤੇ ਸਾਡੇ ਕੋਲ ਪੈਲੀਆਂ ਵੀ ਥੋੜ੍ਹੀਆਂ ਨੇ, ਅਤੇ ਘਰ 'ਚ ਆਉਣ ਵਾਸਤੇ ਕੋਈ ਨਾ ਕੋਈ ਤਾਂ ਕਰਨਾ ਹੀ ਹੈ ਨਾ। ਉਸ ਟਾਈਮ ਦੇ ਹਿਸਾਬ ਨਾਲ ਉਹ ਸਾਨੂੰ ਬਹੁਤ ਵਧੀਆ ਲੱਗਦਾ, ਉਦੋਂ ਜਿੱਦਾਂ ਦਾ ਟਾਈਮ ਸੀ ਨਾ, ਅਸੀਂ ਉਹ ਟਾਈਮ ਅੱਜ ਵੀ ਨਹੀਂ ਭੁਲਾਉਂਦੇ। ਕਿਉਂ? ਅਸੀਂ ਉੱਥੇ ਕੰਮ ਕੀਤਾ, ਮਾਲਕਾਂ ਨੂੰ ਕੰਮ ਕਰਕੇ ਦਿੱਤਾ, ਉਹਨਾਂ ਸਾਨੂੰ ਪੈਸੇ ਦਿੱਤੇ ਨੇ, ਉਹਦੇ ਨਾਲ ਅਸੀਂ ਆਪਣੇ ਘਰ ਚਲਾਏ ਨੇ, ਅਸੀਂ ਜਿੱਥੇ ਕੰਮ ਕੀਤਾ। ਅੱਜ ਵੀ ਅਸੀਂ ਦਿਹਾੜੀ 'ਚ ਇੱਕ ਦੋ ਵਾਰੀ ਉਹਨਾਂ ਦਾ ਨਾਂ ਲੈਂਦੇ ਹਾਂ, ਅਤੇ ਮਹਾਰਾਜ ਉਹਨਾਂ ਨੂੰ ਜ਼ਿਆਦਾ ਦੇਵੇ, ਤੁਹਾਡੇ ਕੋਲੋਂ ਅਸੀਂ ਰੁਪਈਏ ਕਮਾ ਕਮਾ ਕੇ ਅਸੀਂ ਆਪਣੇ ਕਾਰੋਬਾਰ ਚਲਾਏ ਨੇ। ਅਤੇ ਉਸ ਵੇਲੇ ਉਹ ਬਹੁਤ ਸੋਹਣਾ ਲੱਗਦਾ ਸੀ, ਪਰ ਹੁਣ ਉਮਰ ਦੇ ਹਿਸਾਬ ਦੇ ਨਾਲ ਇੱਧਰ ਵੀ ਕੰਮ ਚੱਲ ਪਿਆ, ਉਹ ਛੱਡ ਦਿੱਤਾ, ਅਤੇ ਅੱਜ ਇਹ ਬਹੁਤ ਵਧੀਆ, ਇਹ ਬਹੁਤ ਵਧੀਆ। ਪਰ ਮੈਂ ਅਜੇ ਵੀ ਉਹਨਾਂ ਨੂੰ ਪਹਿਲ ਦਿੰਦਾ ਵਾਂ, ਕਿਉਂ ਜਿੱਥੋਂ ਪੈਸੇ ਲਿਆ ਕੇ ਨਿਆਣੇ ਪੜ੍ਹਾਏ, ਵਿਆਹ ਕੀਤੇ, ਘਰ ਬਣਾਇਆ। ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸਦਾ ਇਸ ਗੱਲ ਦਾ, ਮੈਂ ਬੇਸ਼ੱਕ ਅੱਜ ਬਹੁਤ ਵਧੀਆ ਕਮਾਈ ਕਰ ਰਿਹਾ ਵਾਂ, ਸਾਰਿਆਂ ਜਾਣਿਆਂ ਨੂੰ ਆਪਣੀ ਫੈਮਲੀ ਨੂੰ ਨਾਲ ਲੈ ਕੇ ਬਹੁਤ ਵਧੀਆ ਕਮਾਈ ਕਰ ਰਿਹਾ, ਵੀ ਇੰਨੀ ਵਧੀਆ ਕਮਾਈ ਕਰ ਰਿਹਾ ਕਿ ਇਸ ਵੇਲੇ ਕੋਈ ਕੈਨੇਡਾ ਅਮੈਰੀਕਾ ਬੈਠਾ ਵਾ, ਅਤੇ ਉਹਨਾਂ ਨਾਲੋਂ ਵੀ ਅਸੀਂ ਵਧੀਆ ਕਮਾ ਰਹੇ ਹਾਂ ਇੱਥੇ। ਪਰ ਫਿਰ ਵੀ ਮੇਰੀ ਇੰਨੀ ਜਿਹੜੀ ਕਮਾਈ ਆ ਉਹ ਇਹਨਾਂ ਦੀ ਕਮਾਈ ਦੇ ਸਾਹਮਣੇ ਕੁਛ ਵੀ ਨਹੀਂ ਆ, ਕਿਉਂਕਿ ਇਹਨਾਂ ਦੀ ਵੀ ਛੋਟੇ ਹੁੰਦਿਆਂ ਦੇ ਫਾਦਰ ਦੀ ਡੈਥ ਹੋ ਗਈ। ਸਾਡੇ ਘਰ ਦੇ 'ਚ ਸਾਰਿਆਂ ਦੀਆਂ ਸਟੋਰੀਆਂ ਇੱਦਾਂ ਦੀਆਂ, ਇਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ ਛੋਟੇ ਹੁੰਦਿਆਂ ਹੀ, ਮੇਰੇ ਹਿਸਾਬ ਨਾਲ ਇਹਨਾਂ ਦੀ ਕੋਈ 16 ਜਾਂ 17 ਸਾਲ ਉਮਰ ਹੋਏਗੀ ਚੜ੍ਹਦੀ ਤੁਹਾਡੀ, ਅਤੇ ਇਹਨਾਂ ਨੇ ਵੀ ਬੜੀ ਸਟਰਗਲ ਕੀਤੀ ਆ, ਆਪਣੀਆਂ 4 ਸਿਸਟਰ ਦੇ ਵਿਆਹ ਕੀਤੇ ਇਹਨਾਂ ਨੇ ਆਪਣੇ ਹੱਥੀਂ, ਅਤੇ ਸਭ ਤੋਂ ਵੱਡੀ ਗੱਲ ਕਿ ਇੰਨੀ ਜ਼ਿਆਦਾ ਤੰਗੀ ਹੁੰਦਿਆਂ ਹੋਇਆਂ ਵੀ ਇਹਨਾਂ ਨੇ ਕੋਈ ਨਸ਼ਾ ਨਹੀਂ ਲਾਇਆ ਆਪਣੇ ਸਰੀਰ ਨੂੰ, ਅਤੇ ਜਿੰਨੀ ਜਾਇਦਾਦ ਹੈਗੀ ਉਹਦੇ ਜਾਇਦਾਦ ਦੇ ਵਿੱਚੋਂ ਕੋਈ 1 ਇੰਚ ਜਗ੍ਹਾ ਇਹਨਾਂ ਨੇ ਵੇਚੀ ਨਹੀਂ ਆ। ਇਸ ਕਰਕੇ ਮੈਂ ਇਹ ਸਮਝਦਾ ਕਿ ਮੇਰੀ ਜਿਹੜੀ ਕਮਾਈ ਆ ਉਹ ਭਾਵੇਂ ਅੱਜ ਲੱਖਾਂ ਦੇ ਵਿੱਚ ਆ, ਪਰ ਇਹਨਾਂ ਦੀ ਉਹ ਹਜ਼ਾਰਾਂ ਦੀ ਕਮਾਈ ਦੇ ਸਾਹਮਣੇ ਉਹ ਕੁਛ ਨਹੀਂ ਹੈਗੀ। ਯੂਟਿਊਬ 'ਤੇ ਤੁਸੀਂ ਕਾਫੀ ਟਾਈਮ ਤੋਂ ਹੈ ਨਾ ਜਿਹੜਾ ਕੰਮ ਕਰ ਰਹੇ ਹੋ, ਅਤੇ ਫੇਸਬੁੱਕ 'ਤੇ ਸਫ਼ਰ ਕਦੋਂ ਅਤੇ ਕਿੱਦਾਂ ਸ਼ੁਰੂ ਹੁੰਦਾ? ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਸਟਾਰਟਿੰਗ ਵਿੱਚ ਕਿ ਵੀ ਯੂਟਿਊਬ ਦੇ ਉੱਤੇ ਤਾਂ ਅਸੀਂ 2019 ਤੋਂ ਜਿਹੜਾ ਅਸੀਂ ਸ਼ੁਰੂ ਕੀਤਾ ਸੀ, ਅਤੇ ਫੇਸਬੁੱਕ ਦੇ ਉੱਤੇ ਮੈਂ ਨਾ ਕਦੀ ਵੀ ਇਹ ਚੀਜ਼ ਨਹੀਂ ਸੋਚੀ ਕਿ ਬਈ ਕੋਈ ਯੂਟਿਊਬਰ ਮੇਰੇ ਤੋਂ ਵੱਡਾ ਵਾ ਜਾਂ ਮੇਰੇ ਤੋਂ ਛੋਟਾ ਵਾ ਸਬਸਕ੍ਰਾਈਬਰ ਦੇ ਮਾਮਲੇ ਦੇ ਵਿੱਚ, ਕਿਉਂਕਿ ਕੰਮ ਦੇਖਿਆ ਜਾਂਦਾ। ਹੋ ਸਕਦਾ ਵਾ ਕਿਸੇ ਦੇ 20,000 ਸਬਸਕ੍ਰਾਈਬਰ ਨੇ, ਉਹਦਾ ਕੰਮ ਬਹੁਤ ਵਧੀਆ ਹੋਏਗਾ ਅਤੇ ਉਹ ਮੇਰੇ ਨਾਲੋਂ ਵੀ ਵਧੀਆ ਕੰਟੈਂਟ ਦੇ ਰਿਹਾ ਹੋਏਗਾ ਲੋਕਾਂ ਨੂੰ। ਕਈ ਸਾਡੇ ਤੋਂ ਉੱਪਰ ਵਾਲੇ ਵੀ ਹੈਗੇ ਆ ਜਿਨ੍ਹਾਂ ਦਾ ਕੰਟੈਂਟ ਲੋਕਾਂ ਨੂੰ ਨਹੀਂ ਪਸੰਦ ਆ ਰਿਹਾ, ਅਤੇ ਵਿਊ ਸਾਡੇ ਨਾਲੋਂ ਵੀ ਡਾਊਨ ਨੇ ਉਹਨਾਂ ਦੇ। ਇਸ ਕਰਕੇ ਮੈਂ ਕਦੀ ਕਿਸੇ ਨੂੰ ਵੱਡਾ ਛੋਟਾ ਨਹੀਂ ਵੇਖਿਆ, ਅਤੇ ਮੇਰੀ ਨੋਰਮਲੀ ਇਹ ਆਦਤ ਰਹੀ ਹੈ ਕਿ ਮੈਂ ਜਿਹਦੀ ਵੀਡੀਓ ਮੈਨੂੰ ਵਧੀਆ ਲੱਗੀ ਆ ਮੈਂ ਆਪਣੇ ਵੈਰੀਫਾਈਡ ਚੈਨਲ ਦੇ ਉੱਤੋਂ ਉਹਦੀ ਵੀਡੀਓ ਦੇ ਉੱਤੇ ਕਮੈਂਟ ਕਰਦਾ, ਤਾਂ ਕਿ ਅਗਲੇ ਨੂੰ ਵੇਖਣ ਵਾਲੇ ਨੂੰ ਹੌਸਲਾ ਮਿਲੇ, ਕਿਉਂਕਿ ਬੜਾ ਚੰਗਾ ਲੱਗਦਾ ਵਾ ਅਗਰ ਮੇਰੇ ਤੋਂ ਕੋਈ ਉੱਪਰ ਵਾ ਉਹ ਮੇਰੀ ਵੀਡੀਓ 'ਤੇ ਕਮੈਂਟ ਕਰੇਗਾ, ਤਾਂ ਮੈਨੂੰ ਬੜਾ ਵਧੀਆ ਲੱਗੇਗਾ ਕਿ ਬਈ ਫਲਾਣੇ ਬੰਦੇ ਨੇ ਮੇਰੀ ਵੀਡੀਓ 'ਤੇ ਕਮੈਂਟ ਕੀਤਾ, ਅਤੇ ਉਹਦਾ ਹੌਸਲਾ ਵਧੇਗਾ। ਅਤੇ ਇੱਦਾਂ ਹੀ ਮੈਂ ਇੱਕ ਵਾਰ ਲੁਧਿਆਣੇ ਤੋਂ ਨੇ ਮਿਸਟਰ ਦੇਵਗਨ, ਮਿਸਟਰ ਐਂਡ ਮਿਸਿਸ ਦੇਵਗਨ ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਨੇ, ਮੈਂ ਉਹਨਾਂ ਦੀ ਵੀਡੀਓ ਦੇ ਉੱਤੇ ਕਮੈਂਟ ਕੀਤਾ ਸੀ, ਅਤੇ ਮੇਰੇ ਕਮੈਂਟ ਕਰਨ ਦੀ ਦੇਰੀ ਹੋਈ ਅਤੇ 5 ਮਿੰਟਾਂ ਬਾਅਦ ਮੈਨੂੰ ਉਹਦਾ ਫਿਰ ਕਮੈਂਟ ਦੇ 'ਚ ਰਿਪਲਾਈ ਆ ਗਿਆ, ਭਾਅ ਜੀ ਮੈਨੂੰ ਨਾ ਆਪਣਾ ਨੰਬਰ ਸੈਂਡ ਕਰਿਓ। ਚਲੋ ਮੈਂ ਨੰਬਰ ਸੈਂਡ ਕਰ ਦਿੱਤਾ ਉਹਨੂੰ, ਆਪਣਾ ਨੰਬਰ ਸੈਂਡ ਕਰ ਦਿੱਤਾ, ਅਤੇ ਉਹਨੇ ਮੈਨੂੰ ਕਾਲ ਕੀਤੀ। ਉਸ ਦਿਨ ਮੈਂ ਕਰੀਬ ਕਰੀਬ ਕੋਈ 1.5 ਤੋਂ 2 ਘੰਟੇ ਉਹਦੇ ਨਾਲ ਗੱਲ ਕੀਤੀ, ਇੱਦਾਂ ਹੀ ਗੱਲਾਂ ਦੇ ਵਿੱਚ ਉਹਨੇ ਮੈਨੂੰ ਦੱਸਿਆ, ਕਹਿੰਦਾ ਕਿ ਭਾਅ ਜੀ ਮੇਰਾ ਥੋੜ੍ਹਾ ਜਿਹਾ ਯੂਟਿਊਬ ਦਾ ਕੰਮ ਇੱਦਾਂ ਦਾ ਵਾ, ਤੁਹਾਡਾ ਕਿਵੇਂ ਦਾ? ਮੈਂ ਕਿਹਾ ਚਲੋ ਵਾਹਿਗੁਰੂ ਦੀ ਕਿਰਪਾ ਵਾ, ਅਤੇ ਹੁਣ ਕੁਝ ਟਿਪਸ ਉਹਨੇ ਮੇਰੇ ਕੋਲ ਲਏ, ਕੁਝ ਉਹਨੇ ਮੈਨੂੰ ਦੱਸੇ, ਫਿਰ ਇੱਦਾਂ ਗੱਲਾਂ ਦੇ ਵਿੱਚ ਕਹਿੰਦਾ ਕਿ ਤੁਸੀਂ ਭਾਅ ਜੀ ਫੇਸਬੁੱਕ ਦੇ ਉੱਤੇ ਵੀ ਕੰਮ ਕਰਦੇ ਜੇ? ਮੈਂ ਕਿਹਾ ਨਹੀਂ ਭਾਅ ਜੀ ਫੇਸਬੁੱਕ ਦੇ ਉੱਤੇ ਤਾਂ ਅਸੀਂ ਨਹੀਂ ਕਰ ਰਹੇ। ਫਿਰ ਮੈਨੂੰ ਕਹਿੰਦਾ ਉਹਨੇ ਅੱਗੋਂ ਆਖਿਆ ਕਿ ਭਾਅ ਜੀ ਤੁਸੀਂ ਫੇਸਬੁੱਕ 'ਤੇ ਵੀ ਕੰਮ ਕਰੋ, ਇੱਥੇ ਵੀ ਬਹੁਤ ਸੋਹਣਾ ਸਕੋਪ ਆ, ਪਸੰਦ ਕਰਦੇ ਆ ਸਾਰੇ। ਅਤੇ ਮੈਂ ਯਾਰ ਮੇਰੀ ਤਾਂ ਉੱਥੇ ਕੋਈ ਪਛਾਣ ਨਹੀਂ ਹੈਗੀ। ਉਹ ਕਹਿੰਦੇ ਕੋਈ ਗੱਲ ਨਹੀਂ, ਪਛਾਣ ਨਹੀਂ ਹੈਗੀ ਅਤੇ ਮੈਂ ਤੇਰੀ ਹੈਲਪ ਕਰਾਂਗਾ, ਅਤੇ ਉਹਨਾਂ ਨੇ ਮੈਨੂੰ ਦੱਸਿਆ, ਅਤੇ ਫਿਰ ਅਸੀਂ ਫੇਸਬੁੱਕ 'ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ, ਅਤੇ ਫਿਰ ਉਹਨੇ ਮੇਰੀ ਹੈਲਪ ਵੀ ਕੀਤੀ, ਮੇਰੀਆਂ ਵੀਡੀਓ ਨੂੰ ਸ਼ੇਅਰ ਕਰਨਾ, ਸਾਰਿਆਂ ਜਾਣਿਆਂ ਦੇ ਵਿੱਚ ਦੱਸਣਾ, ਲਾਈਵ ਦੇ ਵਿੱਚ ਵੀ ਉਹਨਾਂ ਨੇ ਇੱਕ ਦੁਆਰ ਸਾਡੇ ਪੇਜ ਦੇ ਨਾਂ ਲਏ, ਅਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਫੇਸਬੁੱਕ ਦੇ ਉੱਤੇ ਵੀ ਸੋਹਣੀ ਕਮਾਈ ਕਰ ਰਹੇ ਹਾਂ। ਤੁਸੀਂ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਹੋ ਅੱਜ ਦੇ ਨੌਜਵਾਨ ਪੀੜ੍ਹੀ ਨੂੰ? ਮੈਸੇਜ ਤਾਂ ਦੇਖੋ ਜੀ, ਅਜੇ ਮੈਂ ਐਡੇ ਕਾਬਲ ਤਾਂ ਹੋਇਆ ਨਹੀਂ ਕਿ ਕਿਸੇ ਨੂੰ ਮੈਸੇਜ ਦੇ ਸਕਾਂ, ਪਰ ਫਿਰ ਵੀ ਮੈਂ ਇਹ ਕਹੂੰਗਾ ਕਿ ਜਿੱਦਾਂ ਅੱਜ ਕੱਲ੍ਹ ਸਾਰਿਆਂ ਜਾਣਿਆਂ ਨੂੰ ਇਹ ਹੁੰਦਾ ਕਿ ਅਸੀਂ ਪੜ੍ਹਾਈ ਕਰੀਏ, ਆਈਲੈਟ ਕਰੀਏ ਅਤੇ ਬਾਹਰ ਚੱਲ ਜਾਈਏ, ਹੈ ਨਾ? ਜੇ ਅਸੀਂ ਇੱਦਾਂ ਸਾਰੇ ਜਾਣੇ ਬਾਹਰ ਹੀ ਚੱਲ ਜਾਂਗੇ ਤਾਂ ਫਿਰ ਤਾਂ ਸਾਡੇ ਘਰ ਖਾਲੀ ਹੋ ਜਾਣਗੇ, ਅਤੇ ਜਦੋਂ ਕਿ ਕਮਾਈ ਦੇ ਸਾਧਨ ਇੱਥੇ ਵੀ ਬਹੁਤ ਜ਼ਿਆਦਾ ਹੈਗੇ ਆ, ਅਤੇ ਇਸ ਵੇਲੇ ਜ਼ਮਾਨਾ ਡਿਜੀਟਲ ਚੱਲ ਰਿਹਾ, ਅਤੇ ਕਿਉਂ ਨਾ ਅਸੀਂ ਸਟੱਡੀ ਡਿਜੀਟਲ ਕਰ ਦਈਏ ਆਪਣੀ, ਅਸੀਂ ਪੜ੍ਹਾਈ ਨੂੰ ਵੀ ਡਿਜੀਟਲ ਕਰ ਦਈਏ। ਅਤੇ ਇਸ ਵੇਲੇ ਮੇਰਾ ਮੰਨਣਾ ਇਹ ਆ ਕਿ ਜਿਵੇਂ ਪਹਿਲਾਂ ਲੋਕ ਸਰਕਾਰੀ ਨੌਕਰੀ ਵਾਸਤੇ ਕੋਰਸ ਕਰਦੇ ਹੁੰਦੇ ਸੀ, ਪੜ੍ਹਾਈਆਂ ਕਰਦੇ ਹੁੰਦੇ ਸੀ, ਅੱਜ ਉਹਨਾਂ ਨੂੰ ਛੱਡ ਕੇ, ਕਿਉਂਕਿ ਨੌਕਰੀਆਂ ਜਿਹੜੀਆਂ ਬੇਸ਼ੱਕ ਕੋਈ ਜਿੰਨਾ ਮਰਜ਼ੀ ਪੜ੍ਹ ਲਏ ਬਹੁਤ ਘੱਟ ਨੌਕਰੀਆਂ,
ਤੁਸੀਂ ਉਸ ਕੋਰਸਾਂ ਨੂੰ ਉਸ ਸਟੱਡੀ ਨੂੰ ਛੱਡ ਕੇ ਡਿਜੀਟਲ ਸਟੱਡੀ ਕਰਨੀ ਸ਼ੁਰੂ ਕਰ ਦਿਓ, ਜਿਵੇਂ ਕਿ ਵੀਡੀਓ ਐਡੀਟਿੰਗ ਦਾ ਕੋਰਸ ਕਰੋ, ਕਰੋਮਾ ਗ੍ਰੀਨ ਸਕਰੀਨ ਦੇ ਉੱਤੇ ਕੰਮ ਕਰਨ ਦਾ ਕੋਰਸ ਕਰੋ, ਤੁਸੀਂ ਸਟੋਰੀ ਰਾਈਟਰ ਦਾ ਕੋਰਸ ਕਰੋ, ਡਾਇਰੈਕਟਰ, ਪ੍ਰੋਡਿਊਸਰ, ਕੈਮਰਾਮੈਨ, ਹੈ ਨਾ। ਇਹਨਾਂ ਸਾਰਿਆਂ ਦੇ ਵਿੱਚ ਬਹੁਤ ਵਧੀਆ ਕੰਮ ਚੱਲ ਰਿਹਾ ਇਸ ਵੇਲੇ, ਅਤੇ ਯੂਟਿਊਬ ਇੱਕ ਬਹੁਤ ਸੋਹਣਾ ਪਲੇਟਫਾਰਮ ਆ, ਪਰ ਇਹ ਕਿ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਵਰਤੋ ਅਤੇ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਅਤੇ ਵਾਹਿਗੁਰੂ ਤੁਹਾਨੂੰ ਜ਼ਰੂਰ ਤਰੱਕੀਆਂ ਦੇਣਗੇ। ਸਾਡੀ ਵੀ ਇਹੀ ਦੁਆ ਹੈ ਕਿ ਜਿਵੇਂ ਤੁਹਾਡਾ ਪਰਿਵਾਰ ਦੇ ਵਿੱਚ ਪਿਆਰ ਬਣਿਆ ਹੋਇਆ ਅਤੇ ਬਾਕੀ ਲੋਕਾਂ ਦਾ ਪਿਆਰ ਬਣਿਆ ਹੋਇਆ ਉਦੇ ਬਣਿਆ ਰਹੇ। ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਸੋ ਜੀ, ਹੁਣ ਇਹਨਾਂ ਦੀ ਜਿਹੜੀ ਬਾਕੀ ਟੀਮ ਮੈਂਬਰ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਇਸ ਵਕਤ ਸਾਡੇ ਨਾਲ ਦਾ ਪੰਜਾਬ ਦੀ ਹੋਰ ਟੀਮ ਮੈਂਬਰ ਬੈਠੇ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਇੱਧਰ ਮੇਰੇ ਨਾਲ ਜਗਤ ਭੂਆ ਬੈਠੇ ਨੇ, ਇਹਨਾਂ ਨੂੰ ਇਹ ਭੂਆ ਜੀ ਨੇ ਕਵਲ ਦੇ, ਅਤੇ ਇਹਨਾਂ ਨੂੰ ਇਹਨਾਂ ਦੇ ਕਰੈਕਟਰ ਤੋਂ ਇੰਨਾ ਫੇਮ ਮਿਲਿਆ ਕਿ ਲੋਕ ਸਾਰੇ ਹੀ ਇਹਨਾਂ ਨੂੰ ਭੂਆ ਕਹਿੰਦੇ ਨੇ। ਇਹ ਜਗਤ ਭੂਆ ਨੇ, ਅਤੇ ਇਹ ਸਾਡੇ ਨਾਲ ਪ੍ਰਿਤਪਾਲ ਅਤੇ ਗੁਰਪਿੰਦਰ, ਇਹ ਵੀ ਟੀਮ ਮੈਂਬਰ ਨੇ, ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਮੈਮ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ, ਤੁਹਾਡਾ ਵੀ ਸਤਿ ਸ਼੍ਰੀ ਅਕਾਲ ਜੀ। ਸਰ, ਤੁਹਾਡੇ ਤੋਂ ਸ਼ੁਰੂਆਤ ਕਰਦੀ ਹਾਂ, ਤੁਸੀਂ ਤਾਂ ਆਰਮੀ ਮੈਨ ਹੋ, ਹੈ ਨਾ, ਆਰਮੀ ਦੇ ਵਿੱਚ ਇੰਨੀ ਸਰਵਿਸ ਕੀਤੀ, ਫਿਰ ਮੁੜ ਕੇ ਇੱਧਰ ਸ਼ਾਰਟ ਮੂਵੀਆਂ ਵੱਲ ਕਿੱਦਾਂ ਬਣ ਗਿਆ ਤੁਹਾਡਾ? ਵੇਖੋ ਮੈਡਮ, ਗੱਲ ਇੱਦਾਂ ਵਾ ਵੀ ਜਦੋਂ ਅਸੀਂ ਰਿਟਾਇਰ ਹੋ ਗਏ ਅਤੇ ਨੌਕਰੀਆਂ ਮਿਲਦੀਆਂ ਨੇ ਜਲਦੀ ਸਰਕਾਰੀ, ਅਤੇ ਆਪਾਂ ਘਰ ਵਿਹਲੇ ਬੈਠੇ ਰਹੀਦਾ ਸੀ, ਸਾਰੀ ਦਿਹਾੜੀ ਰੋਟੀ ਖਾ ਲੈਣੀ ਬਹਿ ਜਾਣਾ। ਅਤੇ ਮੇਰੇ ਵਾਈਫ ਇਹਨਾਂ ਨਾਲ ਪਹਿਲਾਂ ਹੀ 1.5 ਸਾਲ ਕਰੀਬ ਤੋਂ ਜੁੜੇ ਹੋਏ ਆ, ਇਹ ਦਾ ਪੰਜਾਬ ਅਤੇ ਸਾਡੇ ਪੰਜਾਬ ਨਾਲ। ਅਤੇ ਇਹ ਮੇਰੇ ਮੈਨੂੰ ਕਹਿੰਦੇ ਵੀ ਤੁਸੀਂ ਵੀ ਸਾਡੇ ਨਾਲ ਚੱਲਿਆ ਕਰੋ, ਵਿਹਲੇ ਇੱਥੇ ਕੀ ਬੈਠੇ ਕਰਦੇ ਰਹਿੰਦੇ। ਅਤੇ ਮੈਂ ਸ਼ੁਰੂ ਤੋਂ ਹੀ ਮਤਲਬ 200-300 ਬੰਦੇ ਨੂੰ ਡਰੈਸ ਕਰਦਾ ਸੀ, ਫੌਜ 'ਚ ਵੀ ਮੇਰਾ ਇੱਦਾਂ ਦਾ ਰੈਂਕ ਸੀ, ਅਤੇ ਮੇਰਾ ਵੀ ਝਾਕਾ ਲੱਥਿਆ ਹੋਇਆ ਸੀ। ਉਹ ਤੋਂ ਪਹਿਲਾਂ ਮੈਂ ਪਾਠ ਕਰਦਾ ਰਿਹਾ, ਕਵੀਸ਼ਰੀ ਕਰਦਾ ਰਿਹਾ, ਅਤੇ ਕਮੇਡੀਅਨ ਵੀ ਥੋੜ੍ਹਾ ਜਿਹਾ ਮੈਂ ਰਿਹਾ ਸ਼ੁਰੂ ਤੋਂ ਹੀ। ਅਤੇ ਉਸ ਲਹਿਜੇ ਦੇ ਨਾਲ ਮੈਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਈ, ਅਤੇ ਇਹਨਾਂ ਦੇ ਨਾਲ ਮੈਂ ਵੀ ਤੁਰ ਪਿਆ, ਅਤੇ ਹੁਣ ਮੈਨੂੰ ਵੀ 4-5 ਮਹੀਨੇ ਹੋ ਗਏ ਆ, ਅਤੇ ਵਧੀਆ ਲੱਗਾ। ਵਿਹਲੇ ਬਹਿਣ ਨਾਲੋਂ ਚੰਗਾ ਵਾ, ਨਾਲੇ ਕਮਾਈ ਹੋ ਜਾਂਦੀ ਆ, ਨੌਕਰੀ ਕਰਨ ਦੀ ਕਿਤੇ ਜ਼ਰੂਰਤ ਹੀ ਨਹੀਂ, ਉਨੀ ਕਰਨੀ ਇੱਥੋਂ ਹੋ ਜਾਂਦੀ ਆ, ਨਾਲੇ ਘਰ ਦੇ ਘਰ, ਨਾਲੇ ਬੰਦਾ ਉਹ ਵੀ ਤਿਆਰ ਸ਼ਿਆਰ ਹੋ ਕੇ ਆਉਂਦਾ, ਨਹਾ ਧੋ ਕੇ, ਨਹੀਂ ਤਾਂ ਐਵੇਂ ਬੈਠੇ ਰਹਿਣਾ ਘਰ 'ਤੇ। ਜਦੋਂ ਤੁਸੀਂ ਆਰਮੀ ਪਰਸਨ ਹੋ ਅਤੇ ਉਹਨਾਂ ਨੂੰ ਹਮੇਸ਼ਾ ਰੂਲ ਐਂਡ ਰੈਗੂਲੇਸ਼ਨਸ ਵਧੀਆ ਲੱਗਦੇ, ਹੈ ਨਾ, ਪ੍ਰਿੰਸੀਪਲਸ ਦੇ ਨਾਲ, ਸਿਧਾਂਤਾਂ ਦੇ ਨਾਲ ਸਾਰੇ ਚੱਲਣ, ਜਦੋਂ ਇਹਨਾਂ ਦੇ ਸਾਰਿਆਂ ਦੇ ਵਿੱਚ ਕਲੇਸ਼ ਹੁੰਦਾ ਕਿਤੇ ਇਹਨਾਂ ਲਾਈਨ 'ਚ ਤਾਂ ਨਹੀਂ ਖੜ੍ਹੇ ਕਰ ਦਿੰਦੇ? ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ। ਬਾਕੀ ਜੀ ਅਸੀਂ ਜ਼ਿਆਦਾ ਬੋਲ ਨਹੀਂ ਸਕਦੇ, ਸਾਡਾ ਇਹ ਜੀਜਾ ਜੀ ਆ, ਉਹ ਸਾਡੀ ਸਿਸਟਰ ਆ ਸੰਦੀਪ, ਅਸੀਂ ਤਾਂ ਦੋਵੇਂ ਸਗੋਂ ਹੱਸ ਕੇ ਸਾਈਡ 'ਤੇ ਹੋ ਜਾਂਦੇ ਨੇ ਜਦੋਂ ਇਹ ਥੋੜ੍ਹਾ ਬਹੁਤ ਕਲੇਸ਼ ਕਰਦੇ ਆ ਨਾ, ਅਤੇ ਇਹ ਵੀ ਪਿਆ ਜਾਂਦੇ, ਫਿਰ ਅਸੀਂ ਵੀ ਸੌਂ ਜਾਂਦੇ ਨੇ ਅੰਦਰ ਵੀ ਏਸੀ ਲੱਗਾ ਹੋ, ਚਲੋ ਜਦੋਂ ਠੰਡੇ ਹੋ ਜਾਣਗੇ ਆਹ ਫਿਰ ਦੱਸ ਦਿਓ ਸਾਨੂੰ, ਅਤੇ ਬੜਾ ਵਧੀਆ ਟਾਈਮ ਪਾਸ ਹੁੰਦਾ ਵਾ। ਅੱਛਾ, ਤੁਹਾਡਾ ਤੁਸੀਂ ਕਿਵੇਂ ਜੋੜਦੇ ਹੋ ਇਹਨਾਂ ਨਾਲ? ਮੈਂ ਤਾਂ ਖੁਦ ਨਹੀਂ, ਮੇਰਾ ਕੋਈ ਵਿਚਾਰ ਨਹੀਂ ਹੈਗਾ, ਅਤੇ ਮੇਰੀ ਸੱਸ ਨੂੰ ਬਹੁਤ ਮਤਲਬ ਇਸ ਚੀਜ਼ ਨਾਲ ਲਗਾਵ ਹੀ, ਉਹਨਾਂ ਮੈਨੂੰ ਕਾਫੀ ਵਾਰ ਕਿਹਾ ਸੀ ਕਿ ਅਤੇ ਮੈਨੂੰ ਇਹ ਹੁੰਦਾ ਸੀ ਕਿ ਮੈਂ ਨਹੀਂ ਕਰ ਪਾਊਂਗੀ। ਫਿਰ 1.5 ਸਾਲ ਪਹਿਲਾਂ ਮੈਂ ਇੱਕ ਦਾਜ ਵੀਡੀਓ ਵਿੱਚ ਕੀਤਾ, ਪਰ ਮੈਨੂੰ ਆਪਣੇ ਆਪ ਵਿੱਚ ਇੰਨਾ ਡਰ ਲੱਗਦਾ ਸੀ ਕਿ ਨਹੀਂ ਮੇਰੇ ਕੋਲ ਕੈਮਰੇ ਦੇ ਸਾਹਮਣੇ ਨਹੀਂ ਬੋਲਿਆ ਜਾਣਾ, ਮੈਂ ਨਹੀਂ ਕਰ ਪਾਊਂਗੀ। ਪਰ ਜਦ ਮੈਂ ਪਹਿਲੇ ਦਿਨ ਇੱਥੇ ਆਈ ਤਾਂ ਮੈਂ ਪਹਿਲੀ ਵਾਰੀ ਇਹਨਾਂ ਦੇ ਇੱਕੇ ਵਾਰੀ ਦੱਸਣ 'ਤੇ ਕਰ ਲਿਆ ਨਾ, ਅਤੇ ਜਦੋਂ ਮੈਂ ਜਲਦੀ ਕਰਕੇ ਚਲੇ ਗਈ ਤਾਂ ਫਿਰ ਮੈਨੂੰ ਇੰਝ ਲੱਗਾ ਵੀ ਇਹ ਤਾਂ ਕੁਝ ਵੀ ਕੰਮ ਨਹੀਂ ਆ, ਮੈਨੂੰ ਵੀ ਕੋਈ ਜ਼ਿਆਦਾ ਇੰਨਾ ਔਖਾ ਨਹੀਂ ਲੱਗਾ, ਮਤਲਬ ਵਧੀਆ ਲੱਗਾ, ਜਿਉਂ ਜਿਉਂ ਕੰਮ ਵੱਧਦਾ ਗਿਆ ਤਜਰਬਾ ਵੱਧਦਾ ਗਿਆ, ਈਜ਼ੀ ਲੱਗਣ ਲੱਗ ਗਿਆ। ਹੁਣ ਈਜ਼ੀ ਲੱਗਣ ਲੱਗ ਗਿਆ, ਹੁਣ ਤਾਂ ਇੰਨਾ ਮਜ਼ਾ ਆਉਂਦਾ ਵਾ ਕਿ ਜਦ ਕਦੇ ਵੀਡੀਓ ਨਹੀਂ ਹੁੰਦੀ ਤਾਂ ਘਰ ਵਿਹਲੇ ਆਖੀਦਾ ਵਾ ਵੀ ਅੱਜ ਪੂਰਾ ਦਿਨ ਇੱਦਾਂ ਹੀ ਜਾਣਾ। ਹਾਂਜੀ, ਨਹੀਂ ਪਹਿਲਾਂ ਵਿਹਲੇ ਹੀ ਰਹਿੰਦੇ ਹੁੰਦੇ ਸੀਗੇ, ਟਾਈਮ ਵਿਹਲੇ ਹੋ ਕੇ ਨਿਕਲਦਾ ਸੀਗਾ। ਹਾਊਸ ਵਾਈਫ ਤਾਂ ਕਦੀ ਵੀ ਵਿਹਲੇ ਨਹੀਂ ਹੁੰਦੇ, ਤੁਹਾਨੂੰ ਪਤਾ ਹੀ ਆ, ਫਿਰ ਵੀ ਫਰੀ ਟਾਈਮ। ਮੇਰੀ ਗੱਲ ਹੋ ਰਹੀ, ਅੱਜ ਆਪਾਂ ਹਰਚੋਆਲ ਨੂੰ ਗਏ ਸੀ, ਉੱਥੋਂ ਆਉਣ ਡੇ ਸੀ, ਅਤੇ ਕਹਿੰਦੇ ਵੀ ਹੁਣ ਤਾਂ ਲਾਈਫ ਇੰਨੀ ਜ਼ਿਆਦਾ ਬਿਜ਼ੀ ਹੋ ਗਈ ਆ ਜਦੋਂ ਦੀ ਆਪਾਂ ਇਹ ਚੁਣ ਲਿਆ ਵਾ ਚੈਨਲ ਨੂੰ, ਨਹੀਂ ਤਾਂ ਪਹਿਲਾਂ ਆਉਂਦੀ ਮੈਂ ਅਤੇ ਮੰਮੀ ਇਹ ਪੂਰਾ ਪੂਰਾ ਦਿਨ ਸੀਰੀਅਲ ਹੀ ਵੇਖਦੇ ਰਹਿੰਦੇ ਹੁੰਦੇ, ਇਹ ਆਹ ਹੁਣ ਕੀ ਹੋਣਾ ਵਾ, ਆਹ ਕੀ ਹੋਣਾ, ਮਾਨਵ ਨੇ ਕਿੱਧਰ ਨੂੰ ਜਾਣਾ ਵਾ, ਹੁਣ ਕੀ ਹੋਣਾ ਵਾ, ਅਤੇ ਕਹਿੰਦੇ ਵੀ ਹੁਣ ਤਾਂ ਟੀ ਵੀ ਵੀ ਨਹੀਂ ਰੀਚਾਰਜ ਹੋ ਰਿਹਾ ਸਾਡੇ ਘਰ ਦਾ, ਕਿਉਂਕਿ ਸਵੇਰੇ ਆਪਣਾ ਰੋਟੀ ਪਾਣੀ ਕਰਕੇ ਇੱਧਰ ਆ ਜਾਈਦਾ ਵਾ, ਇੱਥੋਂ ਕਰਕੇ ਜਾਂਦੇ ਨੂੰ ਫਿਰ ਸ਼ਾਮ ਦਾ ਟਾਈਮ ਹੁੰਦਾ ਇਹਨਾਂ ਦਾ, ਅਤੇ ਬਿਜ਼ੀ ਲਾਈਫ ਹੋ ਗਈ ਥੋੜ੍ਹੀ। ਅੱਛਾ, ਲੋਕ ਮਿਲਦੇ ਆ ਫਿਰ ਪ੍ਰੇਜ਼ ਕਰਦੇ ਨੇ, ਤਾਰੀਫ਼ ਕਰਦੇ ਨੇ ਤੁਹਾਡੀ? ਹਾਂਜੀ, ਜਦੋਂ ਕਿਤੇ ਬਾਹਰ ਜਾਈਦਾ ਮਿਲਦੇ, ਇਹਨਾਂ ਬਾਰੇ ਵੀ ਪੁੱਛਦੇ ਨੇ, ਆਪਣੇ ਬਾਰੇ ਵੀ ਪੁੱਛਦੇ ਨੇ, ਕਿਉਂਕਿ ਵਧੀਆ ਜਿਹੜੇ ਲੋਕ ਜੁੜੇ ਹੋਏ ਨੇ ਸਾਡੇ ਨਾਲ, ਸਾਨੂੰ ਮਤਲਬ ਦਾ ਪੰਜਾਬ ਜਾਂ ਸਾਡਾ ਪੰਜਾਬ ਦੀ ਵਜ੍ਹਾ ਨਾਲ ਜਾਣਦੇ ਨੇ, ਵਧੀਆ ਲੱਗਦਾ ਵਾ ਜਦੋਂ ਕੋਈ ਲਾਂਭੋ ਸਾਨੂੰ ਕਹਿੰਦਾ ਸਾਡੇ ਨਾਲ ਫੋਟੋ ਖਿਚਾਉਣ ਨੂੰ ਜਾਂ ਉੱਦਾਂ ਮਿਲਦਾ, ਤਾਂ ਬਹੁਤ ਵਧੀਆ ਲੱਗਦਾ। ਅੱਛਾ, ਟੀਮ ਦੇ ਵਿੱਚ ਸਭ ਤੋਂ ਦੂਰੋਂ ਜਿਹੜਾ ਮੈਂਬਰ ਆਉਂਦਾ ਉਹ ਤੁਸੀਂ ਹੀ ਹੋ, ਹੈ ਨਾ, ਦਿੱਕਤ ਤਾਂ ਨਹੀਂ ਆਉਂਦੀ? ਮੀਟਰ ਦੂਰੀ ਤਾਂ ਆਉਂਦੀ, ਉਹ ਤਾਂ ਦੇਖਿਆ ਜਾਵੇ ਲੱਗ ਗਈ ਆ, ਲੱਗ ਗਈ, ਸਾਨੂੰ ਇੰਨਾ ਮਹਿਸੂਸ ਨਹੀਂ ਹੁੰਦਾ। ਭੂਆ ਜੀ, ਫਿਰ ਤੁਹਾਨੂੰ ਅਸੀਂ ਭੂਆ ਜੀ ਕਹਿ ਕੇ ਬੁਲਾ ਲਈ।
ਅਤੇ ਮੈਂ ਡਰਦੀ ਨਹੀਂ, ਮੈਂ ਵੀ ਦੌੜਨਾ ਪਿੱਛੇ ਨੂੰ ਵੀ ਅਸੀਂ ਕੈਮਰੇ ਦੇ ਅੱਗੇ ਨਹੀਂ ਆਉਣਾ, ਮਤਲਬ ਇੱਦਾਂ ਹੀ ਅਸੀਂ ਕਰਦੇ ਰਹਿਣਾ। ਜਦੋਂ ਇਹਨਾਂ ਕੰਮ ਸ਼ੁਰੂ ਕਰ ਲਿਆ, ਕੰਮ ਵਧੀਆ ਲੱਗਾ, ਫਿਰ ਇੱਕ ਦਿਨ ਕਹਿੰਦਾ ਨਹੀਂ ਭੂਆ ਜੀ ਆਓ ਵੀਡੀਓ ਬਣਾਈਏ, ਫਿਰ ਮੇਰਾ ਵੀ ਮਨ ਕੀਤਾ ਵੀ ਚਲੋ ਆਪਾਂ ਕੰਮ ਕਰਦੇ ਹਾਂ, ਫਿਰ ਮੈਂ ਵੀ ਇਹਨਾਂ ਦੇ ਨਾਲ ਇੱਦਾਂ ਲੱਗ ਗਈ। ਅਤੇ ਹੁਣ ਜਦੋਂ ਦਾ ਇਹ ਕੰਮ ਚੱਲਣ ਡਿਆ ਉਦੋਂ ਦੀ ਮੈਂ ਇਹਨਾਂ ਦੇ ਨਾਲ ਹੀ ਹਾਂ, ਅਤੇ ਬਹੁਤ ਵਧੀਆ ਕੰਮ ਆ, ਬੜਾ ਮਤਲਬ ਪਿਆਰ ਮਿਲਣ ਡਿਆ, ਦੁਨੀਆਂ ਤੋਂ ਵੀ ਮਿਲਣ ਡਿਆ, ਇਹਨਾਂ ਤੋਂ ਵੀ ਬੜਾ ਮਿਲਣ ਡਿਆ ਆ, ਅਤੇ ਵਧੀਆ ਆ। ਸਾਰੀ ਦੁਨੀਆ ਭੂਆ ਕਹਿੰਦੀ ਆ, ਫਿਰ ਵਧੀਆ ਲੱਗਦਾ? ਫਿਰ ਮੈਨੂੰ ਬਹੁਤ ਵਧੀਆ ਲੱਗਦਾ, ਕਿਉਂਕਿ ਕਵਲ ਨੂੰ, ਕਵਲ ਨੇ ਮੈਨੂੰ ਭੂਆ ਜੀ ਕਹਿਣਾ ਆ, ਅਤੇ ਕਵਲ ਦੇ ਮਗਰ ਸਾਰੀ ਦੁਨੀਆ ਮੈਨੂੰ ਭੂਆ ਜੀ ਕਹਿੰਦੀ ਆ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ ਤੁਸੀਂ, ਟਾਈਮ ਦਿੱਤਾ, ਥੈਂਕ ਯੂ ਬਹੁਤ ਤੁਹਾਡਾ। ਸੋ ਜੀ, ਇਹ ਸੀ ਸਾਡੇ ਨਾਲ ਦਾ ਪੰਜਾਬ ਦੀ ਪੂਰੀ ਟੀਮ, ਹੋਰ ਵੀ ਬਹੁਤ ਸਾਰੇ ਮੈਂਬਰ ਆ, ਉਹਨਾਂ ਦੀ ਵੀ ਦੂਸਰੀ ਇੰਟਰਵਿਊ ਕਰਾਂਗੇ। ਡਿਸਕ੍ਰਿਪਸ਼ਨ ਦੇ ਵਿੱਚ ਉਸ ਇੰਟਰਵਿਊ ਦਾ ਲਿੰਕ ਪਾ ਦਾਂਗੇ, ਤੁਸੀਂ ਉਹ ਵੀ ਪਾਰਟ ਦੇਖ ਸਕਦੇ ਹੋ। ਅਤੇ ਅਸੀਂ ਹਮੇਸ਼ਾ ਇਹੀ ਕਹਾਂਗੇ ਕਿ ਇਹਨਾਂ ਦਾ ਪਿਆਰ ਇਵੇਂ ਬਣਿਆ ਰਹੇ, ਇਹਨਾਂ ਦੀ ਟੀਮ ਜਿਹੜੀ ਆ ਉਹ ਇਵੇਂ ਬਣੀ ਰਹੇ, ਅਤੇ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਇੰਟਰਵਿਊ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।